ਸੋ ਗੁਰਪੁਰਬ ਗੁਰੂ ਦੇ ਯਾਦ ਕਰਨਾ, ਗੁਰੂ ਨੂੰ ਮਨਾਉਣਾ, ਇਹ ਸਾਧ ਸੰਗਤ ਜੀ ਭਾਵੇਂ ਰੋਜ਼ ਹੀ ਮਨਾਈ ਜਾਈਏ ਨਾ, ਓਨੀ ਭਾਵਨਾ ਸ਼ਰਧਾ ਬਣੀ ਰਹਿੰਦੀ ਹੈ। ਗੁਰੂ ਦਾ ਪਿਆਰ, ਗੁਰੂ ਨੂੰ ਯਾਦ ਕਰਨਾ। ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਕੀਰਤਨ ਕਰਕੇ ਗਏ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿੰਨੇ ਸਵਾਰਿਆ, ਪੂਰੀ ਹੋਈ ਕਲਾ ਮਾਤ ਆਪ ਸਿਰਜਣ ਹਾਰੇ ਧਾਰਿਆ। ਸੋ ਉਹ ਵਿਚਾਰ ਕੱਲ੍ਹ ਦੇ ਪ੍ਰਕਰਣਾਂ ਵਿੱਚ ਫਿਰ ਸਾਂਝੇ ਕਰਾਂਗੇ। ਹੁਣ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ, ਭਾਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਉਹਨਾਂ ਦੀ ਵਡਿਆਈ ਉਹਨਾਂ ਦੀ ਮਹਿਮਾ ਕੋਈ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਦਾ ਵਾਹਿਗੁਰੂ ਦਾ ਪ੍ਰਤੱਖ ਰੂਪ ਜੇ ਕਿਸੇ ਨੇ ਦੇਖਣਾ, ਗੁਰੂ ਅਰਜਨ ਦੇਵ ਜੀ ਨੂੰ ਦੇਖ ਲਓ। ਗੁਰੂ ਅਰਜਨ ਦੇਵ ਜੀ ਅਤੇ ਪਰਮੇਸ਼ਰ ਇੱਕੋ ਹੀ ਹਨ। ਉਹਨਾਂ ਦੇ ਘਰ ਮਹਾਂਬਲੀ ਯੋਧੇ ਸਪੁੱਤਰ ਦਾ ਜਨਮ ਹੋਇਆ। ਦਲ ਭੰਜਨ ਗੁਰਸੂਰਮਾ ਬੜ ਯੋਧਾ ਬਹੁ ਪਰਉਪਕਾਰੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਬਚਪਨ ਦੇ ਕੌਤਕ, ਛੋਟੀ ਉਮਰ ਦੇ ਵਿੱਚ ਜੋ ਮਹਾਰਾਜ ਕਰਿਆ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ, ਅੱਜ ਉਹ ਕਥਾ ਸ਼ੁਰੂ ਹੋ ਰਹੀ ਹੈ। ਪਿਆਰ ਨਾਲ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ 'ਚ ਸੁਰਤੀ ਜੋੜੀਏ ਅਤੇ ਉਹਨਾਂ ਦੇ ਬਾਲ ਲੀਲਾ ਦੇ ਕੌਤਕ ਸੁਣੀਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇਸ ਪ੍ਰਕਾਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਕੌਤਕ ਕੀਤੇ ਹਨ। ਕੁਝ ਸਮਾਂ ਬਤੀਤ ਕੀਤਾ, ਗੋਇੰਦਵਾਲ ਸਾਹਿਬ ਵੀ ਗਏ ਸਨ, ਜਿੱਥੇ ਉਹਨਾਂ ਦੇ ਵੱਡੇ ਭਾਈ ਬਾਬਾ ਮਹਾਂਦੇਵ ਜੀ ਸੱਚਖੰਡ ਗਮਨ ਕਰ ਗਏ। ਫਿਰ ਮਹਾਰਾਜ ਵਾਪਸ ਅੰਮ੍ਰਿਤਸਰ ਸਾਹਿਬ ਆ ਗਏ। ਇੱਥੇ ਆ ਕੇ ਵੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਭਜਨ ਬਾਣੀ ਕਥਾ ਕੀਰਤਨ ਦੇ ਪ੍ਰਵਾਹ ਚਲਾਏ ਹਨ। ਕੁਝ ਸਮਾਂ ਸੁੱਖਾਂ ਨਾਲ ਬਤੀਤ ਹੋਇਆ ਹੈ। ਮਹਾਰਾਜ ਸਿੱਖਾਂ ਸੇਵਕਾਂ ਦਾ, ਪ੍ਰਾਣੀ ਮਾਤਰ ਦਾ, ਹਰ ਇਨਸਾਨ ਦਾ ਭਲਾ ਕਰ ਰਹੇ ਨੇ, ਕਲਿਆਣ ਕਰ ਰਹੇ ਨੇ। ਸਿੱਖੀ ਜਗ ਪ੍ਰਗਟਾਏ, ਪਰ ਗੁਰੂ ਅਰਜਨ ਦੇਵ ਜੀ ਸੰਸਾਰ 'ਚ ਸਿੱਖੀ ਦਾ ਬੂਟਾ ਲਾ ਰਹੇ ਨੇ, ਸਿੱਖੀ ਨੂੰ ਪ੍ਰਗਟ ਕਰ ਰਹੇ ਨੇ। ਸਾਰੇ ਜਗਤ ਵਿੱਚ, ਸਾਰੇ ਸੰਸਾਰ ਵਿੱਚ ਸਿੱਖੀ ਫੈਲ ਰਹੀ ਹੈ। ਨਿਸ਼ਾਨੀ ਛੰਦ ਸ੍ਰੀ ਹਰਗੋਬਿੰਦ ਚੰਦ ਜੀ ਆਨੰਦ ਮਿਲੰਦਾ। ਮਹਾਰਾਜ ਦੇ ਸਾਹਿਬਜ਼ਾਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੰਜ ਵੱਡੇ ਹੋ ਰਹੇ ਨੇ ਜਿਵੇਂ ਦੂਜ ਤੋਂ ਚੰਦਰਮਾ ਵਧਣਾ ਸ਼ੁਰੂ ਹੋ ਜਾਂਦਾ। ਜਿਵੇਂ ਚੰਦਰਮਾ ਨਹੀਂ ਵੱਧਦਾ, ਵੱਧਦਾ ਵੱਧਦਾ ਵਧੀ ਜਾਂਦਾ, ਫਿਰ ਪੂਰਨਮਾਸ਼ੀ ਤੱਕ ਵੱਧਦਾ ਹੀ ਰਹਿੰਦਾ। ਇੱਦਾਂ ਚੰਦ ਮਨਿੰਦਾ ਚੰਦਰਮਾ ਦੀ ਤਰ੍ਹਾਂ ਮਹਾਰਾਜ ਵੱਡੇ ਹੋ ਰਹੇ ਨੇ, ਵੱਧ ਰਹੇ ਨੇ, ਜਵਾਨ ਹੋ ਰਹੇ ਨੇ। ਚੜ੍ਹੇ ਤੁਰੰਗ ਪੁਰੰਗ ਜਨ ਦਤ ਮੋਰ ਮਨਿੰਦਾ। ਮਹਾਰਾਜ ਬੜੇ ਬੜੇ ਸੋਹਣੇ ਘੋੜਿਆਂ ਦੀ ਸਵਾਰੀ ਕਰਦੇ ਨੇ। ਮਹਾਰਾਜ ਦੇ ਘੋੜੇ ਇੰਜ ਚੁੰਗੀਆਂ ਭਰਦੇ ਨੇ ਜਿਵੇਂ ਹਿਰਨ ਉੱਡਦੇ ਜਾਂਦੇ ਹਨ। ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ। ਹਵਾ ਨੂੰ ਪਿੱਛੇ ਛੱਡ ਜਾਣ ਵਾਲੇ ਘੋੜੇ, ਹਿਰਨਾਂ ਦੀ ਤਰ੍ਹਾਂ ਚੁੰਗੀਆਂ ਭਰਨ ਵਾਲੇ ਘੋੜੇ, ਉਹਨਾਂ ਦੀ ਸਵਾਰੀ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਕਰਦੇ ਨੇ। ਦੁੱਤ ਮੋਰ ਮਨਿੰਦਾ, ਜਿਵੇਂ ਮੋਰ ਨਹੀਂ ਪਹਿਲਾਂ ਪਾਉਂਦਾ, ਇਵੇਂ ਮਹਾਰਾਜ ਦੇ ਘੋੜੇ ਪਹਿਲਾਂ ਪਾਉਂਦੇ ਹਨ। ਹਾਂਜੀ, ਮਹਾਰਾਜ ਬੜੇ ਤੇਜ਼ ਤੇਜ਼ ਘੋੜਿਆਂ ਨੂੰ ਦੌੜਾਉਂਦੇ ਹਨ। ਦੋ ਦੋ ਘੋੜਿਆਂ ਦੇ ਸਵਾਰ ਹੋ ਕੇ ਉੱਤੇ ਖੜ ਜਾਂਦੇ ਹਨ ਅਤੇ ਕਦੀ ਘੋੜਿਆਂ 'ਤੇ ਬਹਿ ਕੇ ਤੀਰ ਕਮਾਨ ਚਲਾਉਂਦੇ ਨੇ, ਉੱਡਦੇ ਹੋਏ ਘੋੜੇ ਤੋਂ ਤੀਰ ਮਾਰ ਕੇ ਨਿਸ਼ਾਨਾ ਫੁੱਟ ਦਿੰਦੇ ਨੇ। ਹਾਂਜੀ, ਆਪਣੇ ਨਾਲ ਵਿਧੀ ਚੰਦ ਵਰਗੇ ਨੌਜਵਾਨਾਂ ਨੂੰ ਲੈ ਕੇ ਕਦੀ ਸ਼ਿਕਾਰ ਖੇਡਣ ਚਲੇ ਜਾਂਦੇ ਨੇ, ਸ਼ਿਕਾਰ ਮਾਰਦੇ ਨੇ ਜੰਗਲ ਵਿੱਚ ਜਾ ਕੇ ਤੇ ਉੱਥੇ ਸ਼ਸਤਰਾਂ ਦਾ ਅਭਿਆਸ ਕਰਦੇ ਨੇ। ਵਿਦਿਆ ਆਯੁਰਦ ਕੀ ਕਰੇ ਦਸ ਸੰਮਤ ਬੈਸਾ। ਅਜੇ ਉਮਰ 10 ਸਾਲ ਦੀ ਹੈ। 10 ਸਾਲ ਦੀ ਉਮਰ ਵਿੱਚ ਆਪ ਜੀ ਇੱਕ ਨਿਪੁੰਨ ਯੋਧਿਆਂ ਵਾਲੀ ਸ਼ਸਤਰ ਵਿਦਿਆ ਕਰਕੇ ਵਿਖਾਉਂਦੇ ਨੇ। ਹਾਂਜੀ, ਤੀਰ ਪ੍ਰਹਾਰਤ ਵੇਗ ਤੇ ਰਿਪ ਕੋ ਇਹ ਜੈਸਾ। ਕਹਿੰਦੇ ਫਨੀਅਰ ਨਾਗਾਂ ਵਰਗੇ ਛੂੰਕਦੇ ਹੋਏ ਤੀਰ ਸ੍ਰੀ ਹਰਗੋਬਿੰਦ ਦੇ ਕਮਾਨ 'ਚੋਂ ਛੂੰਕਦੇ ਜਾਂਦੇ ਨੇ। ਵੈਰੀਆਂ ਦੇ ਲਈ ਉਹ ਫਨੀਅਰ ਨਾਗ ਦੀ ਤਰ੍ਹਾਂ ਨੇ,
ਜਿਵੇਂ ਕੋਬਰਾ ਸੱਪ ਕਿਸੇ ਨੂੰ ਫੂਕ ਮਾਰ ਕੇ ਸਾੜ ਦੇਵੇ, ਏਦਾਂ ਮਹਾਰਾਜ ਦੇ ਤੀਰ ਨੇ ਛੇਵੇਂ ਪਾਤਸ਼ਾਹ ਦੇ ਵੈਰੀਆਂ ਦੀਆਂ ਛਾਤੀਆਂ ਚੀਰਨ ਦੀਆਂ ਤਿਆਰੀਆਂ ਕਰ ਰਹੇ ਨੇ। ਹਾਂਜੀ, ਮਹਾਸਫਾਈ ਬਦ ਸਹਿਤ ਤਰ ਲਕਸ਼ਹਾਂ ਨਖਤੇ। ਬੜੀ ਸਫਾਈ ਹੈ ਤੀਰ ਕਮਾਨ ਚਲਾਉਣ ਵਿੱਚ। ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰੀ ਪੰਜ ਤੀਰ ਇਕੱਠੇ ਪਾ ਕੇ ਚਲਾ ਰਿਹਾ ਕਰਦੇ ਸਨ ਅਤੇ ਪੰਜੇ ਹੀ ਆਪਣੇ ਆਪਣੇ ਨਿਸ਼ਾਨਿਆਂ 'ਤੇ ਜਾ ਕੇ ਲੱਗਿਆ ਕਰਦੇ ਸਨ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਵਿੱਦਿਆ ਸੀ, ਦਸਵੇਂ ਪਾਤਸ਼ਾਹ ਮਹਾਰਾਜ ਕੋਲ ਵੀ ਇਹ ਵਿੱਦਿਆ ਸੀ। ਹਾਂ, ਹਰ ਆਦਮੀ ਕੋਲ ਇੱਦਾਂ ਦੀ ਵਿੱਦਿਆ ਨਹੀਂ ਹੁੰਦੀ, ਪਰ ਮਹਾਰਾਜ ਸਾਹਿਬ ਜੀ ਕੋਲ ਵਿੱਦਿਆ ਸੀ। ਪੰਜ ਤੀਰ ਇਕੱਠੇ ਪਾਉਣੇ ਨੇ, ਇਕੱਠੇ ਖਿੱਚਣੇ ਨੇ, ਇਕੱਠੇ ਛੱਡਣੇ ਨੇ, ਪਰ ਲੱਗਣੇ ਵੱਖਰੇ ਵੱਖਰੇ, ਜਿੱਥੇ ਨਿਸ਼ਾਨਾ ਮਿੱਥੇ ਉੱਥੇ ਹੀ ਲੱਗਣੇ। ਇਹੋ ਜਿਹੀ ਵਿੱਦਿਆ ਮਹਾਰਾਜ ਬਚਪਨ 'ਚ ਸਿੱਖਿਆ ਕਰਦੇ ਸਨ, ਬਾਬਾ ਬੁੱਢਾ ਜੀ ਸਿਖਾਇਆ ਕਰਦੇ ਸਨ। ਹਾਂਜੀ, ਗਰਕ ਹੋਤ ਜਹ ਲਗਤ ਹੈ ਸੇਵਕ ਨਿਕ ਸੰਤੇ। ਕਹਿੰਦੇ ਤੀਰ ਜਿੱਥੇ ਵੱਜਦਾ ਸੀ ਨਾ, ਗਰਕ ਹੀ ਹੋ ਜਾਂਦਾ ਸੀ, ਅੰਦਰ ਹੀ ਧੱਸ ਜਾਂਦਾ ਸੀ। ਦਰਖਤਾਂ ਵਿੱਚ ਮਾਰਦੇ ਤੇ ਦਰਖਤਾਂ 'ਚੋਂ ਪਾਰ ਲੰਘ ਜਾਂਦੇ ਤੀਰ ਮਹਾਰਾਜ ਦੇ ਚੀਰ ਕੇ। ਹਾਂਜੀ, ਉਮਰ ਤੇ ਛੋਟੀ ਹੈ ਸ੍ਰੀ ਹਰਗੋਬਿੰਦ ਜੀ, ਅਜੇ 10 ਸਾਲਾਂ ਦੇ ਨੇ, ਪਰ ਕੱਦ ਕਾਠ ਇਉਂ ਲੱਗਦਾ ਜਿਵੇਂ 18 ਸਾਲਾਂ ਦੇ ਨੇ। ਜਿਵੇਂ 18 ਸਾਲ ਦੇ ਗੱਭਰੂ ਦਾ ਸਰੀਰ ਹੋ ਜਾਂਦਾ ਨਾ ਤਗੜਾ, ਇੰਨੀ ਕੁ ਮਹਾਰਾਜ ਦੀ ਕਾਠੀ ਸਰੀਰ ਦੀ 10 ਸਾਲ ਦੀ ਉਮਰ 'ਚ ਹੀ ਬਣ ਗਈ ਹੈ। ਹਾਂਜੀ, ਆਹ ਦੋਵੇਂ ਬਾਹਾਂ ਏਦਾਂ ਨੇ ਜਿਵੇਂ ਹਾਥੀ ਦੀਆਂ ਸੁੰਢਾਂ ਹੁੰਦੀਆਂ, ਇੰਨਾ ਬਲ ਹੈ ਅਤੇ ਗੋਡਿਆਂ ਤੱਕ ਹੱਥ ਲੰਮੇ ਨੇ, ਬਾਹਾਂ ਲੰਮੀਆਂ ਨੇ, ਬੜਾ ਬਲੀ ਯੋਧਿਆਂ ਵਾਲਾ ਸਰੀਰ ਹੈ। ਇਹ ਨਵੀਂ ਮਰਿਆਦਾ ਕਰ ਰਹੇ ਨੇ, ਕੁਝ ਆਪਣੇ ਪਿਤਾ ਜੀ ਤੋਂ ਭੈ ਵੀ ਰੱਖਦੇ ਨੇ, ਸੰਕੋਚ ਰੱਖਦੇ ਨੇ ਵੀ ਪਿਤਾ ਜੀ ਕਿਤੇ ਨਾਰਾਜ਼ ਨਾ ਹੋਣ, ਪਰ ਉਹ ਕੰਮ ਦੇ ਵਿੱਚ ਉਹਨਾਂ ਦਾ ਧਿਆਨ ਹੈ, ਸ਼ਸਤਰ ਵਿੱਦਿਆ ਵਿੱਚ ਉਹਨਾਂ ਦੀ ਪੂਰੀ ਲਗਨ ਹੈ। ਉਹ ਅਵਤਾਰ ਧਾਰ ਕੇ ਹੀ ਇਸ ਕੰਮ ਲਈ ਆਏ ਨੇ ਧਰਤੀ ਦੇ ਉੱਤੇ, ਸ਼ਸਤਰਧਾਰੀ ਯੋਧਿਆਂ ਦਾ ਪੰਥ ਪੈਦਾ ਕਰਨਾ। ਹਾਂਜੀ, ਆ ਦੋਵੇਂ ਜਿਹੜੇ ਮੋਢੇ ਹਨ ਉੱਚੇ ਹਨ, ਛਾਤੀ ਚੌੜੀ ਖਰਾਸ ਦੇ ਪੁੜ ਵਰਗੀ, ਬਾਹਾਂ ਹਾਥੀ ਦੀ ਸੁੰਢ ਵਰਗੀਆਂ, ਬੜਾ ਮਹਾਨ ਬਲ ਹੈ ਸਰੀਰ ਦੇ ਵਿੱਚ ਛੇਵੇਂ ਪਾਤਸ਼ਾਹ ਦੇ। ਹਾਂਜੀ, ਆ ਡੌਲੇ ਜਿਹੜੇ ਨੇ ਬੜੇ ਮਜ਼ਬੂਤ ਨੇ, ਜਿਹੜੀ ਬਾਹਾਂ ਦੀ ਸੰਧੀ ਹੈ ਮੋਢਿਆਂ ਤੇ ਬੜੀ ਮਜ਼ਬੂਤ ਹੈ। ਹੱਥਾਂ ਦੀਆਂ ਉਂਗਲੀਆਂ ਬੜੀਆਂ ਸੋਹਣੀਆਂ, ਲੰਮੀਆਂ ਲੰਮੀਆਂ ਤੇ ਬੜੀਆਂ ਬਲਵਾਨ ਨੇ ਤੇ ਮਜ਼ਬੂਤ ਨੇ। ਜਿਹੜੀ ਚੀਜ਼ ਨੂੰ ਇੱਕ ਵਾਰੀ ਇੱਦਾਂ ਫੜ ਲੈਣ, ਫਿਰ ਕੋਈ ਛੁੱਟ ਕੇ ਨਹੀਂ ਕੋਈ ਜਾ ਸਕਦਾ। ਅੱਗੇ ਕਥਾ ਆਉਣੀ, ਜਦੋਂ ਮਹਾਰਾਜ ਨੇ ਪੈਂਦੇ ਖਾਂ ਨੂੰ ਪਾਲਿਆ ਸੀ, ਪੈਂਦੇ ਖਾਂ ਐਡਾ ਜਵਾਨ ਸੀ ਵੀ ਨੌ ਨੌ ਮਣ ਦੀਆਂ ਮੂੰਗਲੀਆਂ ਸਿਰ ਤੇ ਘੁਮਾ ਦਿੰਦਾ ਹੁੰਦਾ ਸੀ, ਨੌ ਨੌ ਮਣ ਦੀਆਂ ਦੋ ਪਾਸੇ ਫੜ ਕੇ, ਤੇ ਰੁਪਈਆ ਜਿਹੜਾ ਸੀ ਹੱਥ 'ਤੇ ਲੈ ਕੇ ਤੇ ਇੱਦਾਂ ਘੱਸਦਾ ਸੀ ਤੇ ਰੁਪਈਏ ਦੇ ਨੰਬਰ ਮਿਟਾ ਦਿੰਦਾ ਸੀ ਤੇ ਢਾਲ ਨੂੰ ਇੱਦਾਂ ਚੀਰ ਦਿੰਦਾ ਸੀ, ਦੋ ਸੰਡਿਆਂ ਨੂੰ ਝੋਟਿਆਂ ਨੂੰ ਪੜਾ ਕੇ ਤੇ ਇੱਦਾਂ ਫੜ ਕੇ ਤੇ ਪਿਛਾਂ ਨੂੰ ਖਿੱਚ ਦਿੰਦਾ ਸੀ ਤੇ ਉਹ ਇੱਧਰ ਵੜ ਮੁੜ ਕੇ ਮੂੰਹ ਨਹੀਂ ਸੀ ਕਰਦੇ, ਯਾਨੀ ਦੋ ਦੋ ਝੋਟਿਆਂ ਦਾ ਜ਼ੋਰ ਲਵਾ ਦਿੰਦਾ ਸੀ। ਐਡਾ ਬਲੀ ਯੋਧਾ ਸੀ ਪੈਂਦੇ ਖਾਂ, ਮਹਾਰਾਜ ਛੇਵੇਂ ਪਾਤਸ਼ਾਹ ਉਹਦਾ ਵੀ ਹੱਥ ਫੜ ਕੇ ਜਦੋਂ ਘੁੱਟ ਦਿੰਦੇ ਸੀ ਨਾ ਤੇ ਝੂਠਾ ਪੈ ਜਾਂਦਾ ਸੀ, ਤੇ ਪੈਂਦੇ ਖਾਂ ਕੋਈ ਕਹਿੰਦਾ ਹੁੰਦਾ ਸੀ, ਗੁਰੂ ਜੀ ਮੇਰਾ ਹੱਥ ਕੋਈ ਘੁੱਟ ਨਹੀਂ ਸਕਦਾ ਸਿਰਫ ਤੁਹਾਡੇ ਤੋਂ ਬਿਨਾਂ, ਕਿਉਂਕਿ ਤੁਹਾਡੇ ਕੋਲ ਕਰਾਮਾਤ ਹੈ, ਤੁਹਾਡੇ ਕੋਲ ਸ਼ਕਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹੱਥ ਛੱਡਦੇ ਸੀ, ਮਹਾਰਾਜ ਉਹਨੂੰ ਵਡਿਆ ਦਿੰਦੇ ਸੀ, ਤੂੰ ਜਵਾਨ ਹੈ ਬਈ, ਤੂੰ ਬੜਾ ਬਲੀ ਹੈ, ਇੱਦਾਂ ਕਹਿ ਦਿੰਦੇ ਸੀ। ਆਪ ਉਸ ਨੂੰ ਮਹਾਂਬਲੀ ਸਨ ਸਤਿਗੁਰੂ, ਐਡੀ ਮਜ਼ਬੂਤ ਪਕੜ ਸੀ ਸਰੀਰ ਦੀ। ਹਾਂਜੀ, ਇੱਥੋਂ ਲੈ ਕੇ ਜਿਹੜੀ ਇੱਥੋਂ ਤੱਕ ਕਲਾਈ ਤੱਕ ਰੇਖਾ ਸੀਗੀ, ਉਹ ਮੱਛ ਆਕਾਰ ਦੀ ਰੇਖਾ ਸੀ, ਜਿਹੜੀ ਚੱਕਰਵਰਤੀ ਬਾਦਸ਼ਾਹਾਂ ਦੇ ਅਵਤਾਰਾਂ ਦੇ ਹੱਥ ਵਿੱਚ ਹੀ ਹੁੰਦੀ ਹੈ। ਹਾਂਜੀ, ਰੇਖਾ ਛਤਰ ਆਕਾਰ ਕੀ ਜਿਸ ਕੋਫਲ ਭਾਰਾ, ਇਹ ਦੱਸਦੀ ਸੀ ਵੀ ਇਹਨਾਂ ਦੇ ਸਿਰ ਤੇ ਛਤਰ ਝੂਲਣੇ ਹੈ, ਇਹ ਚੱਕਰਵਰਤੀ ਬਾਦਸ਼ਾਹ ਹੋਣਗੇ, ਇਹਨਾਂ ਦਾ ਤਖ਼ਤ ਸਾਰੇ ਸੰਸਾਰ ਤੋਂ ਉੱਚਾ ਹੋਵੇਗਾ। ਸੰਸਾਰ ਦੇ ਸਾਰੇ ਤਖ਼ਤਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ, ਛੇਵੇਂ ਪਾਤਸ਼ਾਹ ਮਹਾਰਾਜ ਦਾ ਤਖ਼ਤ। ਹਾਂਜੀ, ਆਯੁਤ ਛਾਤੀ ਉਧਰ ਪਰ ਤ੍ਰਿਵਲੀ ਦੁੱਤ ਪਾਵੇ, ਮੇਰੇ ਸਤਿਗੁਰੂ ਦੀ ਛਾਤੀ ਚੌੜੀ ਸੀ ਤੇ ਪੇਟ 'ਚ ਤਿੰਨ ਵਲ ਪੈਂਦੇ ਸਨ, ਤ੍ਰਿਵਲੀ ਉਧਰ ਸੀਗਾ, ਤਿੰਨ ਵਲ ਜਿਹੜੇ ਸਨ ਉਹ ਪੇਟ ਦੇ ਵਿੱਚ ਪੈਂਦੇ ਸਨ, ਇਹ ਉਹਨਾਂ ਦੀ ਸੁੰਦਰਤਾ ਦੀਆਂ ਨਿਸ਼ਾਨੀਆਂ ਸਨ। ਹਾਂਜੀ, ਚਿਮਕ ਚਾਰ ਬਿਸਤ੍ਰਿਤ ਕੁਛ ਚੌਕਾ ਚਮਕਾਵੇ, ਆ ਜਿਹੜੀ ਠੋਡੀ ਹੈ ਨਾ ਇਹ ਬੜੀ ਸੁੰਦਰ ਸੀ, ਇਹਦੇ ਵਿੱਚ ਡੂੰਘ ਪੈਂਦਾ ਸੀ, ਦੋਵੇਂ ਪਾਸੇ ਉੱਭਰੀ ਹੋਈ ਸੀ, ਬੜੀ ਸੁੰਦਰ ਠੋਡੀ ਸੀ,
ਸੁੰਦਰ ਸਰੂਪ ਸਨ ਬਹੁਤ ਜ਼ਿਆਦਾ। ਹਾਂਜੀ ਰਕਤ ਅਦਰ ਸੁੰਦਰ ਮ੍ਰਿਦਲ ਬੋਲਤ ਮੁਸਕਾਏ, ਤੇ ਬੁੱਲ ਜਿਹੜੇ ਸਨ ਲਾਲ ਸਨ, ਜਦੋਂ ਮੁਸਕਰਾ ਮੁਸਕਰਾ ਕੇ ਬੋਲਦੇ ਸਨ, ਗੱਲਾਂ ਕਰਦੇ ਸਨ, ਬਚਨ ਕਰਦੇ ਸਨ, ਏਦਾਂ ਲੱਗਦਾ ਸੀ ਵੀ ਮੂੰਹ ਤੋਂ ਫੁੱਲ ਗਿਰਦੇ ਹੋਣ। ਹਾਂਜੀ ਮੁਖ ਮੰਡਲ ਦੀਰਗ ਦਿਪਤ ਦਿਰਗ ਮ੍ਰਿਗ ਡਰ ਪਾਏ, ਕਹਿੰਦੇ ਏਡਾ ਸੁੰਦਰ ਚਿਹਰਾ ਭਰਵਾਂ ਸੀ ਵੀ ਬੱਬਰ ਸ਼ੇਰ ਨੂੰ ਵੀ ਜੇ ਤਾਂ ਘੂਰ ਕੇ ਵੇਖ ਲੈਣ ਤੇ ਉਹ ਵੀ ਪੂਛ ਪਿਛਾ ਨੂੰ ਕਰਕੇ ਹਟ ਜਾਂਦਾ ਸੀ। ਵੈਸੇ ਸ਼ੇਰ ਜਿਹੜਾ ਨਾ ਉਹਨੂੰ ਅੱਖ ਏਦਾਂ ਮਿਲਾਈਏ ਤੇ ਇਕਦਮ ਹਮਲਾ ਕਰ ਦਿੰਦਾ, ਪਰ ਗੁਰੂ ਹਰਗੋਬਿੰਦ ਸਾਹਿਬ ਜੇ ਇੱਦਾਂ ਅੱਖਾਂ ਕਰਦੇ ਹੋਣ ਨਾ ਤੇ ਸ਼ੇਰ ਵੀ ਪੂਛ ਪਿੱਛੇ ਨੂੰ ਕਰਕੇ ਤੇ ਪੈਰ ਪਿਛਾ ਨੂੰ ਕਰ ਲੈਂਦਾ ਸੀ। ਐਡੇ ਬਲੀ ਸਨ ਮਹਾਰਾਜ। ਹਾਂਜੀ ਸੁਭੱਟਣ ਕੀ ਵਿਦਿਆ ਸਬਲ ਅਭਿਆਸ ਕਰਨ ਤੇ, ਸੁਭੱਟਣ ਕੀ ਵਿਦਿਆ ਸਬਲ, ਬਲੀ ਯੋਧਿਆਂ ਵਾਲੀ ਜੋ ਮਹਾਂਬਲੀਆਂ ਵਾਲੀ ਵਿਦਿਆ ਹੈ, ਸ਼ਸਤਰ ਵਿਦਿਆ ਹੈ, ਸੂਰਮਿਆਂ ਦੀ ਵਿਦਿਆ ਹੈ, ਉਹਦਾ ਅਭਿਆਸ ਸ੍ਰੀ ਹਰਗੋਬਿੰਦ ਜੀ ਦਿਨ ਰਾਤ ਕਰਦੇ ਸਨ। ਸਾਰਾ ਸਾਰਾ ਦਿਨ ਉਹਨਾਂ ਨੇ ਕਦੀ ਕੁਸ਼ਤੀ ਕਰੀ ਜਾਣੀ, ਕਦੀ ਕਬੱਡੀ ਖੇਡਣੀ, ਕਦੀ ਗੱਤਕਾ ਖੇਡਣਾ, ਕਦੀ ਘੋੜੇ ਦੀ ਸਵਾਰੀ, ਕਦੀ ਮੂੰਗਲੀਆਂ ਫੇਰਨੀਆਂ, ਯਾਨੀ ਜਿਹੜਾ ਸਰੀਰ ਉਹਨਾਂ ਦਾ ਐਕਟਿਵ ਰਹੇ, ਤਿਆਰ ਬਰ ਤਿਆਰ ਰਹੇ, ਏਦਾਂ ਦਾ ਮਹਾਰਾਜ ਦਾ ਸਰੀਰ ਸੀਗਾ ਛੇਵੇਂ ਪਾਤਸ਼ਾਹ ਦਾ। ਹਾਂਜੀ ਮਨੋ ਵੀਰ ਰਸ ਅਵਤਰਿਓ ਰਣ ਪ੍ਰੀਤ ਖਿਆਤੇ, ਭਾਈ ਸੰਤੋਖ ਸਿੰਘ ਜੀ ਕਵੀਰਾਜ ਲਿਖਦੇ ਆ ਸ੍ਰੀ ਹਰਗੋਬਿੰਦ ਨਹੀਂ, ਮਾਨੋ ਵੀਰ ਰਸ ਨੇ ਹੀ ਸ੍ਰੀ ਹਰਗੋਬਿੰਦ ਦਾ ਰੂਪ ਧਾਰਨ ਕੀਤਾ ਹੋਵੇ। ਇਹ ਵੀਰ ਰਸ ਦੇ ਅਵਤਾਰ ਸਨ ਜਿਹੜੇ ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ, ਜ਼ੁਲਮਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ 700 ਸਾਲ ਤੋਂ ਹਿੰਦੁਸਤਾਨ ਜਿਹਨਾਂ ਜ਼ਾਲਮਾਂ ਮੁਗਲਾਂ ਪਠਾਣਾਂ ਦੇ ਕਬਜ਼ੇ ਵਿੱਚ ਸੀਗਾ ਉਹ ਛੁਡਾਉਣ ਵਾਸਤੇ ਇਹ ਮਹਾਂਬਲੀ ਅਵਤਾਰ ਆਏ ਹਨ। ਹਾਂਜੀ ਦਿਨੋ ਦਿਨ ਇਹਨਾਂ ਦਾ ਸਰੀਰ ਵੱਡਾ ਹੋ ਰਿਹਾ ਸੀ, ਬਲ ਵੱਧਦਾ ਜਾ ਰਿਹਾ ਸੀ, ਜਿਉਂ ਜਿਉਂ ਸਰੀਰ ਉਮਰ ਦੇ ਹਿਸਾਬ ਨਾਲ ਵੱਡਾ ਹੋ ਰਿਹਾ ਸੀ, ਤਾਕਤ ਜਿਹੜੀ ਹੈ ਦੁੱਗਣੀ ਚੌਗਣੀ ਵੱਧਦੀ ਜਾ ਰਹੀ ਸੀ ਸਰੀਰ ਦੇ ਵਿੱਚ। ਏਦਾਂ ਲੱਗਦਾ ਸੀ ਵੀ ਸ੍ਰੀ ਹਰਗੋਬਿੰਦ ਜੀ ਵੱਡੇ ਹੋ ਰਹੇ ਨੇ ਤੇ ਮੁਗਲਾਂ ਦੇ ਦਿਨ ਛੋਟੇ ਹੋ ਰਹੇ ਨੇ, ਉਹਨਾਂ ਦਾ ਦਿਨ ਸਮੋਂ ਨੇੜਾ ਆ ਰਿਹਾ ਸੀ, ਕਾਲ ਪੈਂਦੇ ਖਾਂ ਵਰਗਿਆਂ ਦਾ, ਗਲਾ ਬੇਗ ਵਰਗਿਆਂ ਦਾ, ਕਾਬਲ ਬੇਗ ਵਰਗਿਆਂ ਦਾ, ਜਿਵੇਂ ਪੈਂਦੇ ਖਾਂ ਜਵਾਨ ਹੋਇਆ ਨਾ, ਇਵੇਂ ਕਾਬਲ ਬੇਗ ਜਵਾਨ ਹੋਇਆ। ਲਲਾ ਬੇਗ ਦਾ ਇਹ ਅਹਿਸਾਸ ਸੰਗਤ ਜੀ ਭਾਣਜਾ ਸੀਗਾ, ਇਹ 34,000 ਫੌਜ ਲੈ ਕੇ ਲਲਾ ਬੇਗ ਮਹਾਰਾਜ ਦੇ ਜੰਗ ਚ ਮਹਾਰਾਜ ਨੇ ਲੜਿਆ, ਕਾਬਲ ਬੇਗ ਵੱਡਾ ਯੋਧਾ, ਕਹਿਣ ਲੱਗਾ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਕੇ ਲਿਆਵਾਂ। ਜਦੋਂ ਪਾਤਸ਼ਾਹ ਦੇ ਸਾਹਮਣੇ ਆ ਇੱਕੋ ਵਾਰ ਨਾਲ ਚੀਰ ਕੇ ਸੁੱਟ ਦਿੱਤਾ। ਐਡਾ ਜਵਾਨ ਸੀਗਾ, ਉਹਨੂੰ ਦੁਨੀਆਂ ਦੇਖਦੀ ਹੁੰਦੀ ਸੀ ਕਾਬਲ ਬੇਗ ਨੂੰ, ਤੇ ਉਹਨਾਂ ਬਲੀਆਂ ਯੋਧਿਆਂ ਨੂੰ, ਪਠਾਣਾਂ ਨੂੰ, ਮੁਗਲਾਂ ਨੂੰ ਚਣੇ ਚਵਾਉਣ ਲਈ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਜਵਾਨ ਹੋ ਰਹੇ ਨੇ। ਹਾਂਜੀ ਸਿੱਖ ਪਿੱਖ ਕਹਿ ਸਭ ਕਰਤ ਹੈ ਮਨ ਮਹਿ ਅਨੁਮਾਨਾ, ਸ੍ਰੀ ਹਰਗੋਬਿੰਦ ਜੀ ਦੇ ਕੌਤਕ ਵੇਖ ਵੇਖ ਕੇ, ਉਹਨਾਂ ਦੀ ਘੋੜ ਸਵਾਰੀ, ਉਹਨਾਂ ਦਾ ਨੇਜਾਬਾਜੀ, ਗੱਤਕਾ ਖੇਡਣਾ, ਸ਼ਸਤਰਾਂ ਨਾਲ ਪਿਆਰ ਕਰਨਾ, ਸ਼ਿਕਾਰ ਖੇਡਣਾ, ਇਹਨਾਂ ਨੂੰ ਵੇਖ ਵੇਖ ਕੇ ਸਿੱਖ ਅੰਦਾਜ਼ੇ ਲਾਉਣ ਲੱਗ ਪਏ, ਅਨੁਮਾਨ ਲਾਉਣ ਲੱਗ ਪਏ ਕਿ ਇਹ ਗੁਰੂ ਕਿੱਦਾਂ ਦੇ ਹੋਣਗੇ। ਹਾਂਜੀ ਇਹ ਸਤਿਗੁਰ ਯੋਧਾ ਬਣ ਹੈ ਨੈਰਿਪ ਪ੍ਰਾਣਾ, ਉਹ ਕਹਿੰਦੇ ਇਹ ਸਤਿਗੁਰੂ ਯੋਧੇ ਬਣਨਗੇ, ਇਹ ਸਤਿਗੁਰੂ ਸ਼ਾਂਤ ਨਹੀਂ ਰਹਿਣਗੇ, ਇਹ ਸਤਿਗੁਰੂ ਵੈਰੀਆਂ ਦਾ ਕਾਲ ਬਣ ਕੇ ਆਏ ਨੇ, ਇਹ ਦੁਸ਼ਟਾਂ ਦਾ ਨਾਸ ਕਰਨਗੇ। ਹਾਂਜੀ ਕੇਤਕ ਕਹਿ ਨਾ ਜੋਗਤਾ ਗੁਰ ਕੇ ਕਰ ਐਸੇ, ਵਿੱਚੋਂ ਸਾਧ ਸੰਗਤ ਜੀ ਨਰਮ ਦਲੀਏ ਵੀ ਬੜੇ ਪੁਰਾਣੇ ਚੱਲੇ ਆਏ ਤੇ ਗਰਮ ਦਲੀਏ ਵੀ, ਜਿਹੜੇ ਮੇਰੇ ਵਰਗੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛੱਕ ਕੇ, ਦਾਲਾਂ ਮੂੰਗੀ ਦਾ ਛੱਕ ਕੇ ਸੌਣ ਵਾਲੇ, ਉਹ ਕਹਿੰਦੇ ਠੀਕ ਨਹੀਂ, ਕਹਿੰਦੇ ਏਦਾਂ ਨਹੀਂ ਹੋਣਾ ਚਾਹੀਦਾ। ਇਹ ਗੁਰੂ ਹਰਗੋਬਿੰਦ ਸਾਹਿਬ ਜੇ ਏਦਾਂ ਹਥਿਆਰ ਰੱਖਣਗੇ, ਜੰਗ ਯੁੱਧ ਦੀਆਂ ਗੱਲਾਂ ਕਰਨਗੇ, ਇਹ ਗੁਰੂ ਘਰ ਵਾਸਤੇ ਠੀਕ ਨਹੀਂ, ਉਚਿਤ ਨਹੀਂ ਹੈ, ਯੋਗ ਨਹੀਂ ਹੈ ਕਹਿੰਦੇ। ਹਾਂਜੀ ਮਾਲਾ ਸੇਲੀ ਰਾਖ ਤੇ ਸੰਤਨ ਮਤ ਜੈਸੇ, ਇਹ ਤੇ ਗੁਰੂ ਨਾਨਕ ਦੀ ਗੱਦੀ ਹੈ, ਸਾਧਾ ਸੰਤਾਂ ਫਕੀਰਾਂ ਦੀ ਹੋਣੀ ਚਾਹੀਦੀ ਹੈ, ਇਹਦੇ ਤੇ ਸਿਰ ਤੇ ਟੋਪੀ ਹੋਣੀ ਚਾਹੀਦੀ ਹੈ ਤੇ ਗਲ ਵਿੱਚ ਸੇਲੀ ਹੋਣੀ ਚਾਹੀਦੀ ਹੈ, ਹੱਥ ਵਿੱਚ ਵਾਹਿਗੁਰੂ ਵਾਹਿਗੁਰੂ ਕਰਨ ਵਾਸਤੇ ਇੱਕ ਮਾਲਾ ਹੋਣੀ ਚਾਹੀਦੀ ਹੈ, ਇਹ ਜਿਹੜਾ ਕੰਮ ਕਰਨ ਲੱਗੇ ਨੇ ਇਹ ਠੀਕ ਨਹੀਂ। ਗੁਰੂਆਂ ਦੀ ਗੱਦੀ ਹੋਵੇ ਤਲਵਾਰਾਂ ਦਾ ਕੀ ਕੰਮ ਹੈ, ਗੁਰੂਆਂ ਦੀ ਗੱਦੀ ਹੋਵੇ ਘੋੜਿਆਂ ਦਾ ਕੀ ਕੰਮ ਹੈ, ਗੁਰੂਆਂ ਦੀ ਗੱਦੀ ਹੋਵੇ ਸ਼ਿਕਾਰ ਖੇਡਣ ਦਾ ਕੀ ਕੰਮ ਹੈ, ਗੁਰੂਆਂ ਦੀ ਗੱਦੀ ਹੋਵੇ ਤੇ ਬਾਦਸ਼ਾਹਾਂ ਵਾਲਾ ਰਾਜ ਸੀ ਠਾਠ ਕਿਹੜੇ ਕੰਮ ਦਾ, ਉਹ ਇੱਦਾਂ ਦੀਆਂ ਕਿੰਤੂ ਪਰੰਤੂ ਦੀਆਂ ਗੱਲਾਂ ਗੁਰੂ ਸਾਹਿਬ ਦੇ ਸਾਹਮਣੇ ਹੀ, ਉਹ ਵੀ ਵਿੱਚ ਹੀ ਸਨ ਸਿੱਖ ਜਿਹੜੇ ਅੱਜ ਵੀ ਕਰੀ ਜਾਂਦੇ ਆ, ਇਹ ਬੀਜ ਨਹੀਂ ਕਿਸੇ ਚੀਜ਼ ਦਾ ਨਾਸ ਹੁੰਦਾ,
ਜੋਧਿਆਂ ਦਾ ਵੀ ਬੀਜ ਨਾਸ ਕੋਈ ਨਹੀਂ ਹੋਣਾ ਅਤੇ ਕਾਇਰਾਂ ਦਾ ਵੀ ਕੋਈ ਨਹੀਂ ਹੋਣਾ, ਇਹ ਕੰਮ ਚੱਲਦਾ ਹੀ ਰਹਿਣਾ। ਗੁਰੂ ਸਾਹਿਬ ਦੇ ਕਿੰਤੂ ਪਰੰਤੂ ਕਰਨ ਵਾਲਿਆਂ ਦੇ ਬੜੇ ਕੀਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ, ਸੁਣੋ ਕੀ ਕਹਿੰਦੇ ਆ। ਹਾਂਜੀ, ਬਾਲਕ ਲੀਲਾ ਕਰਤ ਹੈ ਬੜ ਹੋਏ ਜੈ ਹੈ। ਸਿੱਖ ਆਪਸ ਵਿੱਚ ਵਿਚਾਰਾਂ ਕਰਦੇ ਨੇ, ਇੱਕ ਸਿੱਖ ਕਹਿੰਦੇ ਨੇ ਇਹ ਯੋਧਾ ਹੋਵੇਗਾ, ਗੁਰੂ ਘੋੜੇ ਰੱਖੇਗਾ, ਫੌਜਾਂ ਰੱਖੇਗਾ, ਤਖ਼ਤ ਬਣਾਵੇਗਾ, ਇਹ ਜੰਗ ਯੁੱਧ ਵਾਲਾ ਹੋਵੇਗਾ। ਦੂਜੇ ਕਹਿੰਦੇ ਨਹੀਂ, ਇੱਦਾਂ ਦਾ ਹੋ ਹੀ ਨਹੀਂ ਸਕਦਾ, ਇਹ ਤਾਂ ਅਜੇ ਬੱਚੇ ਨੇ ਨਾ, ਅਜੇ ਬਾਲ ਲੀਲਾ ਕਰ ਰਹੇ ਨੇ, ਜਦੋਂ ਸਿਆਣੇ ਹੋਣਗੇ ਛੱਡ ਦੇਣਗੇ ਸਾਰਾ ਕੁਝ। ਇਹ ਘੋੜੇ ਘਾੜੇ ਇਹਨਾਂ ਨੇ ਕੀ ਕਰਨੇ ਨੇ, ਸ਼ਸਤਰ ਇਹਨਾਂ ਨੇ ਕੀ ਕਰਨੇ ਨੇ, ਇਹ ਤਾਂ ਗੁਰੂਆਂ ਦੀ ਗੱਦੀ ਹੈ। ਗੁਰੂਆਂ ਦੀ ਗੱਦੀ ਦੇ ਉੱਤੇ ਕੋਈ ਯੋਧਾ ਬਣ ਕੇ ਬੈਠੇ ਚੰਗਾ ਨਹੀਂ ਲੱਗਦਾ, ਉਹ ਆਪਣੇ ਖਿਆਲਾਂ ਦੇ ਮੁਤਾਬਕ ਅੰਦਾਜ਼ੇ ਲਾਉਂਦੇ ਨੇ। ਹਾਂਜੀ, ਪਿਤ ਦਾਦੇ ਕੀ ਰੀਤ ਕੋ ਸੁਨ ਭਿਖ ਬਰਤਾ ਹੈ। ਇਹ ਜਿਵੇਂ ਗੁਰੂ ਰਾਮਦਾਸ ਜੀ ਰਹੇ ਨੇ, ਜਿਵੇਂ ਗੁਰੂ ਅਰਜਨ ਦੇਵ ਜੀ ਰਹੇ ਨੇ, ਜਿਵੇਂ ਗੁਰੂ ਨਾਨਕ ਦੇਵ ਜੀ ਰਹੇ ਨੇ, ਉੱਦਾਂ ਹੀ ਬਣ ਜਾਣਗੇ। ਅਜੇ ਤਾਂ ਛੋਟੇ ਨੇ ਨਾ, ਜਦੋਂ ਵੱਡੇ ਹੋ ਗਏ ਗੁਰੂ ਬਣਨਗੇ ਫਿਰ ਸਮਝ ਜਾਣਗੇ। ਹਾਂਜੀ, ਤੇ ਫਿਰ ਕੁਝ ਸਿੱਖ ਕਹਿੰਦੇ ਨਹੀਂ ਨਹੀਂ, ਇਹ ਗੁਰੂ ਨੇ ਪਹਿਲੇ ਹੀ ਗੁਰੂਆਂ ਵਾਲੀ ਰੀਤ ਨਹੀਂ ਕਰਨੀ, ਇਹ ਗੁਰੂ ਵੱਖਰਾ ਹੀ ਹੈ, ਇਹ ਗੁਰੂ ਨਿਆਰਾ ਹੀ ਹੋਵੇਗਾ, ਇਹਦੀ ਚਾਲ ਚੱਲਣ, ਰਹਿਣ ਬਹਿਣੀ, ਕਹਿਣੀ ਸਹਿਣੀ ਇਹਦੀ ਹੋਰ ਬਹਾਦਰਾਂ ਯੋਧਿਆਂ ਵਾਲੀ ਹੋਵੇਗੀ। ਹਾਂਜੀ, ਦੇਵਤ ਪ੍ਰਤਾਪੀ ਦੇ ਦਿੱਤੇ ਸ਼ਸਤਰਨ ਮਹਿ ਪ੍ਰੀਤਾ। ਤੁਸੀਂ ਇਹਦਾ ਮੱਥਾ ਵੇਖੋ, ਇਹਦੇ ਮੱਥੇ 'ਤੇ ਰਾਜਿਆਂ ਵਾਲਾ ਪ੍ਰਤਾਪ ਹੈ, ਬਾਦਸ਼ਾਹ ਵਾਲਾ ਪ੍ਰਤਾਪ ਹੈ, ਇਹ ਸ਼ਸਤਰ ਨਾਲ ਪ੍ਰੇਮ ਕਰਦਾ, ਬਚਪਨ ਤੋਂ ਘੋੜਿਆਂ 'ਤੇ ਸਵਾਰੀ ਕਰਦਾ, ਇਹ ਗੁਰੂ ਸ਼ਾਂਤਮਈ ਨਹੀਂ ਰਹਿਣ ਵਾਲਾ, ਤੁਸੀਂ ਮੰਨੋ ਭਾਵੇਂ ਨਾ ਮੰਨੋ। ਜਿਵੇਂ ਅਸੀਂ ਕਹਿੰਦੇ ਹਾਂ ਇਹਨੇ ਰਾਜਾ ਹੀ ਬਣਨਾ, ਇਹਨੇ ਬਾਦਸ਼ਾਹ ਬਣਨਾ। ਹਾਂਜੀ, ਸਕਲ ਜੰਗ ਕੀ ਬਿਦ ਕਰੇ ਹੈ ਪ੍ਰੀ ਲਾਗੈ ਸੋਈ। ਇਹ ਯੋਧਾ ਹੈ, ਇਹ ਜੰਗੀ ਹੈ, ਇਹ ਜੰਗ ਦੀ ਖੇਡ ਕਰੇਗਾ, ਇਹਨੇ ਸੇਲੀ ਟੋਪੀ ਨਹੀਂ ਪਾਣੀ, ਇਹਨੇ ਮੂੰਗੀ ਦੀ ਦਾਲ ਨਹੀਂ ਖਾਣੀ, ਇਹ ਸ਼ਿਕਾਰ ਖੇਡੇਗਾ ਤੇ ਖੰਡੇ ਖੜਕਾਵੇਗਾ। ਹਾਂਜੀ, ਨਾਲੇ ਬਾਬੇ ਬੁੱਢੇ ਸਾਹਿਬ ਦਾ ਬਚਨ ਕਿਹੜਾ ਪਲਟ ਸਕਦਾ। ਬਾਬੇ ਬੁੱਢੇ ਸਾਹਿਬ ਨੇ ਮਾਤਾ ਗੰਗਾ ਨੂੰ ਵਰ ਦਿੱਤਾ, ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ। ਹੇ ਗੰਗਾ ਮਾਤਾ, ਜਿਵੇਂ ਮੈਂ ਗੰਢਾ ਭੰਨਿਆ, ਇਹਦਾ ਜਾਲਮਾਂ ਦੇ ਸਿਰ ਭੰਨੇਗਾ, ਇਹ ਦੁਮਾਲੇ ਸਜਾਏਗਾ, ਇਹ ਖੰਡੇ ਸਜਾਏਗਾ, ਇਹ ਜੰਗ ਦੇ ਮੈਦਾਨ ਵਿੱਚ ਵੈਰੀਆਂ ਦੇ ਆਹੂ ਲਾਏਗਾ। ਹਾਂਜੀ, ਗੁਰ ਕੈ ਭਾਜਰ ਕਿਮ ਪਰੀ ਕਹਿ ਸਹਿਜ ਸੁਭਾਉ। ਤੇ ਜਿਹੜਾ ਬਚਨ ਬਾਬੇ ਬੁੱਢੇ ਨੇ ਪਹਿਲਾਂ ਕਿਹਾ ਉਹ ਵੀ ਪੂਰਾ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਜਦੋਂ ਮਾਤਾ ਗੰਗਾ ਜੀ ਬੜੇ ਰੱਥਾਂ ਦੇ ਬਹਿ ਕੇ ਮਠਿਆਈਆਂ ਦੇ ਟੋਕਰੇ ਲੈ ਕੇ ਦਾਸੀਆਂ ਦਾਸ ਲੈ ਕੇ ਪਹਿਲਾਂ ਵਰ ਮੰਗਣ ਗਏ। ਬਾਬਾ ਬੁੱਢਾ ਜੀ ਦੇ ਬਚਨ ਹੋਏ, ਗੁਰੂ ਕਿਆਂ ਨੂੰ ਕਿਉਂ ਭਾਜਣਾ ਪੈ ਗਈ ਹੈ। ਮਾਤਾ ਜੀ ਵਾਪਸ ਆ ਗਏ, ਗੁਰੂ ਅਰਜਨ ਸਾਹਿਬ ਨੂੰ ਬਚਨ ਦੱਸਿਆ। ਮਹਾਰਾਜ ਕਹਿੰਦੇ ਗੰਗਾ ਜੀ, ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ। ਸਾਧੂਆਂ ਸੰਤਾਂ ਮਹਾਂਪੁਰਸ਼ਾਂ ਕੋਲ ਜਾਣਾ ਇਕੱਲੇ ਜਾਈਦਾ, ਆਪਣਾ ਆਪ ਦਿਖਾਉਣ ਨਹੀਂ ਜਾਈਦਾ, ਨਿਮਾਣੇ ਬਣ ਕੇ ਜਾਈਦਾ, ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸ ਹੋਏ। ਜਿਹੜਾ ਬਚਨ ਹੋ ਗਿਆ ਉਹ ਵੀ ਪੂਰਾ ਹੋਣਾ, ਭਾਜਣਾ ਵੀ ਪੈਣੀ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਅੰਮ੍ਰਿਤਸਰ ਛੱਡਣਾ ਪਿਆ ਅਤੇ ਵਡਾਲੀ ਜਾ ਕੇ ਰਹਿਣਾ ਪਿਆ। ਇਹ ਸੀ ਬਚਨ ਭਾਜਣ ਵਾਲਾ, ਪੂਰਾ ਹੋਇਆ। ਜਿਵੇਂ ਪਹਿਲਾ ਬਚਨ ਪੂਰਾ ਹੋਇਆ, ਗੁਰੂ ਕਿਆਂ ਨੂੰ ਭਾਜਣਾ ਪੈਣੀਆਂ, ਦੂਜਾ ਬਚਨ ਵੀ ਪੂਰਾ ਹੋਣਾ। ਮਾਤਾ ਨੂੰ ਕਿਹਾ ਸੀ, ਮਾਤਾ ਜਦੋਂ ਦੁਬਾਰਾ ਗਈ ਮਾਤਾ ਗੰਗਾ ਜੀ, ਮਿੱਸੇ ਪ੍ਰਸ਼ਾਦੇ ਗੰਢਾ ਲੱਸੀ ਲੈ ਕੇ ਨੰਗੇ ਪੈਰੀ ਅਤੇ ਸ੍ਰੀ ਬੀੜ ਸਾਹਿਬ ਜਾ ਕੇ ਬਾਬਾ ਬੁੱਢਾ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਅਤੇ ਮਾਤਾ ਜੀ ਨੂੰ ਵੇਖ ਕੇ ਕਹਿਣ ਲੱਗੇ, ਮਾਤਾ ਜੀ ਜਿੰਨੀ ਭਾਵਨਾ ਨਾਲ ਤੁਸੀਂ ਪ੍ਰਸ਼ਾਦਾ ਲੈ ਕੇ ਆਇਓ, ਤੁਹਾਡੀ ਭਾਵਨਾ ਗੁਰੂ ਨਾਨਕ ਪੂਰੀ ਕਰੇਗਾ, ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੇਰੇ ਘਰ ਬਾਂਹ ਬਲੀ ਯੋਧਾ ਅਵਤਾਰ ਹੋਵੇਗਾ, ਜਿਵੇਂ ਮੈਂ ਗੰਢਾ ਭੰਨਿਆ ਇਵੇਂ ਜਾਲਮਾਂ ਦੇ ਸਿਰ ਭੰਨੇਗਾ, ਜਿਵੇਂ ਉਹ ਆਕਾਸ਼ ਬਿਜਲੀ ਲਿਸ਼ਕ ਰਹੀ ਹੈ ਇਵੇਂ ਉਹਦੀਆਂ ਤੇਗਾਂ ਲਿਸ਼ਕਣਗੀਆਂ, ਜਿਵੇਂ ਉਹਦੀ ਬਿਜਲੀ ਕੜਕਦੀ ਹੈ ਉਹਦੀਆਂ ਤੋਪਾਂ ਕੜਕਣਗੀਆਂ, ਉਹਦੇ ਜਕਾਰੇ ਉਹਦੇ ਨਾਰੇ ਦਿੱਲੀ ਤੱਕ ਕੰਬਾ ਦੇਣਗੇ। ਬਾਬੇ ਬੁੱਢੇ ਸਾਹਿਬ ਦਾ ਬਚਨ ਵੀ ਉਹ ਵੀ ਪੂਰਾ ਹੋਣਾ। ਹਾਂਜੀ, ਉਹ ਬਚਨ ਵੀ ਪੂਰੇ ਹੋਏ, ਗੁਰੂ ਕਿਆਂ ਨੂੰ ਭਾਜੜ ਪਈ, ਸ੍ਰੀ ਅੰਮ੍ਰਿਤਸਰ ਛੱਡ ਕੇ ਵਡਾਲੀ, ਗੁਰੂ ਕੀ ਵਡਾਲੀ ਜਾ ਕੇ ਉੱਥੇ ਲਗਭਗ ਢਾਈ ਤਿੰਨ ਸਾਲ ਮਾਰੇ ਪੰਜਵੇਂ ਪਾਤਸ਼ਾਹ ਰਹੇ ਨੇ, ਝਾਟਾ ਸਾਹਿਬ ਬਣਾਇਆ, ਖੂਹ ਲਵਾਇਆ, ਉੱਥੇ ਛੇਵੇਂ ਪਾਤਸ਼ਾਹ ਦਾ ਅਵਤਾਰ ਵੀ ਉਸ ਪਿੰਡ 'ਚ ਹੋਇਆ।
ਗੁਰੂ ਕੀ ਬਡਾਲੀ। ਉਹ ਬਚਨ ਜਿਵੇਂ ਬਾਬੇ ਬੁੱਢੇ ਸਾਹਿਬ ਦਾ ਪੂਰਾ ਹੋਇਆ, ਹੁਣ ਆਹ ਦੂਜਾ ਬਚਨ ਵੀ ਬਾਬਾ ਬੁੱਢਾ ਸਾਹਿਬ ਦਾ ਪੂਰਾ ਹੋਣਾ ਹੀ ਹੋਣਾ। ਹਾਂਜੀ, ਮੁਗਲ ਮਾਰ ਗੁਰ ਉਪਜ ਹੈ, ਬਾਬਾ ਬੁੱਢਾ ਜੀ ਨੇ ਵਰ ਦਿੱਤਾ ਵੀ ਮੁਗਲਾਂ ਨੂੰ ਸੋਧਣ ਵਾਲਾ, ਮੁਗਲਾਂ ਦੇ ਦੰਦ ਖੱਟੇ ਕਰਨ ਵਾਲਾ, ਉਹਨਾਂ ਦੇ ਸਿਰ ਭੰਨਣ ਵਾਲਾ ਮਹਾਂਬਲੀ ਯੋਧਾ ਗੁਰੂ ਪੈਦਾ ਹੋਵੇਗਾ। ਇਹ ਸ਼ਸਤਰਧਾਰੀ ਗੁਰੂ ਹੋਵੇਗਾ, ਤੁਰਕਾਂ ਦੇ ਸਿਰ ਭੰਨੇਗਾ ਜਾਲਮਨ ਦੇ। ਗੁਰਮੂਰਤ ਸੂਰਤ ਚਿਤ ਹੈ ਪੂਰਤ ਅਭਿਲਾਖੇ, ਤੇ ਉਹ ਗੁਰੂ ਕੇ ਸਿੱਖ ਕਹਿੰਦੇ ਨੇ ਤੁਸੀਂ ਜੋ ਮਰਜ਼ੀ ਕਹੀ ਜਾਓ, ਸਾਡੇ ਛੇਵੇਂ ਪਾਤਸ਼ਾਹ ਯੋਧੇ ਹੀ ਹੋਣੇ ਨੇ। ਦੋ ਤਰ੍ਹਾਂ ਦੇ ਸਿੱਖ ਸੀਗੇ, ਇੱਕ ਨਰਮ ਖਿਆਲੀਏ, ਉਹ ਕਹਿੰਦੇ ਨਹੀਂ ਨਹੀਂ ਏਦਾਂ ਨਹੀਂ ਹੋਣੇ, ਰੱਬ ਕਰਕੇ ਨਾ ਹੋਣ ਏਦਾਂ ਦੇ, ਇਹ ਤਾਂ ਸ਼ਾਂਤਮਈ ਹੋਣੇ ਚਾਹੀਦੇ ਨੇ। ਗੁਰੂ ਪੰਜ ਪਾਤਸ਼ਾਹੀਆਂ ਵੀ ਤਾਂ ਨਰਮ ਹੋਈਆਂ ਨੇ, ਇਹ ਵੀ ਨਰਮ ਹੋਣੇ ਚਾਹੀਦੇ ਨੇ। ਪਰ ਜਿਹੜੇ ਗਰਭ ਖਿਆਲੀ ਨੇ ਉਹ ਕਹਿੰਦੇ ਜੋ ਮਰਜ਼ੀ ਕਹੀ ਜਾਓ, ਅਸੀਂ ਤੁਹਾਨੂੰ ਦੱਸ ਦਿੱਤਾ, ਇਹ ਗੁਰੂ ਹੋਣਗੇ ਖੰਡੇ ਵਾਲੇ, ਇਹ ਮੀਰੀ ਪੀਰੀ ਵਾਲੇ ਹੋਣਗੇ। ਇੱਦਾਂ ਦੇ ਗੱਲ ਬਚਨ ਬਿਲਾਸ ਆਪਸ ਵਿੱਚ ਚੱਲਦੇ ਹਨ। ਹਾਂਜੀ, ਅੰਦਾਜ਼ੇ ਲਾਉਂਦੇ ਨੇ ਆਪਣੇ ਆਪਣੇ ਜਿੰਨੇ ਮੂੰਹ ਓਨੀਆਂ ਗੱਲਾਂ। ਕੁਝ ਕਹਿੰਦੇ ਨੇ ਇਹ ਬੜੇ ਸਿਆਣੇ ਹੋ ਜਾਣਗੇ ਤੇ ਵੱਡੇ ਹੋ ਕੇ ਸ਼ਾਂਤ ਹੋ ਜਾਣਗੇ, ਕੁਝ ਕਹਿੰਦੇ ਨੇ ਜਦੋਂ ਇਹ ਵੱਡੇ ਹੋਣਗੇ ਤੇ ਇਹ ਤਾਂ ਬੜੀ ਵੱਡੀ ਕ੍ਰਾਂਤੀ ਲਿਆਉਣਗੇ। ਹਾਂਜੀ, ਸ੍ਰੀ ਹਰਗੋਬਿੰਦ ਜੀ ਜਦੋਂ ਆਪਣੇ ਪਿਤਾ ਜੀ ਦੇ ਕੋਲ ਆਉਂਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਦੇ ਨੇ, ਬੜੀ ਨਿਮਰਤਾ ਨਾਲ ਚਰਨਾਂ 'ਚ ਨਮਸਕਾਰ ਕਰਕੇ ਬੈਠ ਜਾਂਦੇ ਨੇ। ਜਾਵਤ ਬੈਠੈ ਸਭਾ ਮਹਿ ਮੁਖ ਭਿਖ ਸਭ ਕੋਈ, ਜਿੰਨਾ ਚਿਰ ਦੀਵਾਨ 'ਚ ਬੈਠੇ ਰਹਿੰਦੇ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ, ਨੇਤਰ ਬੰਦ ਰਹਿੰਦੇ ਨੇ, ਕੀਰਤਨ ਸੁਣਦੇ ਰਹਿੰਦੇ ਨੇ, ਸੁਰਤੀ ਜੁੜੀ ਰਹਿੰਦੀ ਹੈ, ਸੰਗਤਾਂ ਉਦੋਂ ਵੀ ਉਹਨਾਂ ਦੇ ਚਿਹਰੇ ਵੱਲ ਦੇਖਦੀਆਂ ਰਹਿੰਦੀਆਂ, ਕਿੰਨਾ ਉਹਨਾਂ ਦਾ ਚਿਹਰਾ ਜਲਾਲ ਵਾਲਾ, ਸ਼ਾਂਤੀ ਵਾਲਾ, ਧੀਰਜ ਵਾਲਾ, ਗਿਆਨ ਵਾਲਾ, ਵਿਵੇਕ ਵਾਲਾ ਤੇ ਵੀਰ ਰਸ ਵਾਲਾ, ਸਾਰੇ ਰਸ ਉਹਨਾਂ ਦੇ ਚਿਹਰੇ ਤੋਂ ਝਲਕਦੇ ਨੇ। ਹਾਂਜੀ, ਸਗਰੇ ਦੀਰਘ ਅੰਗ ਹੈ ਕਦ ਵਧੈ ਵਿਸਾਲਾ, ਉਮਰ 10 ਸਾਲ ਦੀ ਹੈ, ਬੈਠੇ ਇੰਜ ਲੱਗਦਾ ਜਿਵੇਂ ਕੋਈ 18 ਸਾਲਾਂ ਦਾ ਗੱਭਰੂ ਬੈਠਾ ਹੋਵੇ, ਤੇ ਸਾਰੇ ਅੰਗ ਜਿਹੜੇ ਨੇ ਉਹ ਖੁੱਲੇ ਨੇ। ਕਹਿੰਦੇ ਸਾਰੇ ਅੰਦਾਜ਼ਾ ਲਾਉਂਦੇ ਨੇ ਜਦੋਂ ਇਹ 18 ਸਾਲਾਂ ਦੇ ਹੋਣਗੇ ਤਾਂ ਪੂਰੇ ਬਹੁਤ ਵੱਡੇ ਜਵਾਨ ਹੋਣਗੇ, ਨਾ ਜਿੰਨਾ ਕੱਦ ਕਾਠ ਕਿਸੇ ਦਾ ਨਹੀਂ ਹੋਣਾ। ਹਾਂਜੀ, ਇਹਨਾਂ ਦੇ ਤੇਜ ਪ੍ਰਤਾਪ ਦੀ ਛਾਇਆ ਦੇ ਕੇ ਦੁਸ਼ਮਣ ਦਬ ਜਾਣਗੇ, ਕੋਈ ਇਹਨਾਂ ਦੇ ਸਾਹਮਣੇ ਅੱਖ ਉੱਚੀ ਕਰ ਨਹੀਂ ਸਕੇਗਾ। ਇਹਨਾਂ ਦਾ ਪ੍ਰਤਾਪ ਇੰਨਾ ਹੋਏਗਾ, ਜਾਹੋ ਜਲਾਲ ਇੰਨਾ ਹੋਏਗਾ ਵੀ ਦਿੱਲੀ ਦੇ ਬਾਦਸ਼ਾਹ ਨੂੰ ਵੀ ਕੰਬਣੀ ਛਿੜ ਜਾਏਗੀ। ਹਾਂਜੀ, ਸ੍ਰੀ ਅਰਜਨ ਲੈ ਗੋਦ ਮਹਿ ਸਿੱਖਿਆ ਸਿੱਖ ਰਾਵੈ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 5ਵੇਂ ਪਾਤਸ਼ਾਹ ਆਪਣੀ ਗੋਦ ਵਿੱਚ ਬਿਠਾ ਕੇ ਸਿਰ ਤੇ ਹੱਥ ਫੇਰ ਕੇ ਆਪਣੇ ਲਾਡਲੇ ਪੁੱਤਰ ਗੁਰੂ ਹਰਗੋਬਿੰਦ ਨੂੰ 5ਵੇਂ ਪਾਤਸ਼ਾਹ ਇਉਂ ਸਿੱਖਿਆ ਦਿੰਦੇ ਆ। ਹਾਂਜੀ, ਸਿੱਖ ਸੰਗਤ ਸੁਖ ਪਾਏ ਜਿਮ ਤਿਮ ਕਰੋ ਸੁਹਾਵੈ, ਹੇ ਪੁੱਤਰ ਹਰਗੋਬਿੰਦ ਜੀ ਤੁਸੀਂ ਉਹ ਕੰਮ ਕਰਨੇ ਨੇ ਜਿਹਦੇ ਨਾਲ ਗੁਰੂ ਨਾਨਕ ਦੀ ਸੰਗਤ ਸੁਖੀ ਹੋਵੇ, ਸੰਸਾਰ ਦਾ ਭਲਾ ਹੋਵੇ, ਕੁੱਲ ਦੁਨੀਆਂ ਦਾ ਭਲਾ ਮੰਗਣਾ ਹੈ। ਇਹ ਜਿੰਨੇ ਅਵਤਾਰ ਹੁੰਦੇ ਨੇ ਨਾ ਦੁਨੀਆਂ 'ਤੇ ਆਉਂਦੇ ਨੇ, ਉਹਨਾਂ ਦੇ ਵੀ 2 ਹੱਥ ਅਤੇ 2 ਪੈਰ ਅਤੇ 2 ਅੱਖਾਂ ਅਤੇ 2 ਕੰਨ ਹੀ ਹੁੰਦੇ ਨੇ, ਪਰ ਉਹਨਾਂ ਨੂੰ ਅਵਤਾਰ ਕਿਉਂ ਕਹਿੰਦੇ ਨੇ? ਕਿਉਂਕਿ ਉਹ ਸਰਬੱਤ ਦਾ ਭਲਾ ਮੰਗਦੇ ਨੇ, ਸਰਬੱਤ ਦਾ ਭਲਾ ਕਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀਆਂ ਅਕਾਲੀ ਸ਼ਕਤੀਆਂ ਉਹਨਾਂ ਨੂੰ ਮਿਲੀਆਂ ਹੁੰਦੀਆਂ, ਅਕਾਲ ਪੁਰਖ ਵੱਲੋਂ ਪਾਵਰਾਂ ਮਿਲੀਆਂ ਹੁੰਦੀਆਂ, ਉਹਨਾਂ ਦਾ ਸਰਬੱਤ ਦੇ ਭਲੇ ਲਈ ਵਰਤੋਂ ਕਰਦੇ ਨੇ। ਆਪਣੇ ਆਪਣੇ ਲਈ ਨਹੀਂ ਜੀਂਦੇ, ਉਹ ਦੂਜਿਆਂ ਲਈ ਜੀਂਦੇ ਨੇ। ਧੰਨ ਗੁਰੂ ਅਰਜਨ ਦੇਵ ਕਹਿੰਦੇ, ਪੁੱਤਰ ਜੀ ਜੀਵਨ ਆਪਣਾ ਸੰਗਤ ਦੀ ਸੇਵਾ 'ਚ ਲਾਉਣਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਾਂਜੀ, ਗੁਰਸਿੱਖਾਂ ਦਾ ਸਨਮਾਨ ਕਰਨਾ, ਗੁਰੂ ਨਾਨਕ ਦੇ ਜਿਹੜੇ ਪਿਆਰੇ ਨੇ ਉਹਨਾਂ ਵਿੱਚ ਗੁਰੂ ਨਾਨਕ ਵੱਸਦਾ। ਗੁਰੂ ਬਣ ਕੇ ਇਹ ਨਹੀਂ ਕਹਿਣਾ ਵੀ ਮੈਂ ਵੱਡਾ ਹਾਂ ਅਤੇ ਸੰਗਤ ਮੇਰੇ ਤੋਂ ਛੋਟੀ ਹੈ, ਨਹੀਂ, ਸੰਗਤ ਨੂੰ ਆਪਣੇ ਤੋਂ ਵੱਡਾ ਮੰਨਣਾ। ਬਾਬੇ ਬੁੱਢੇ ਵਰਗਿਆਂ ਦਾ, ਭਾਈ ਗੁਰਦਾਸ ਵਰਗਿਆਂ ਦਾ, ਗੁਰਸਿੱਖਾਂ ਦਾ ਸਨਮਾਨ ਕਰਨਾ ਅਤੇ ਉਹਨਾਂ ਦੇ ਅੱਗੇ ਝੁੱਕ ਕੇ ਰਹਿਣਾ। ਬਾਬਾ ਬੁੱਢਾ ਜੀ ਜਦੋਂ ਆਉਂਦੇ ਸੀ ਨਾ ਤੇ ਮਹਾਰਾਜ 6ਵੇਂ ਪਾਤਸ਼ਾਹ ਮੱਥਾ ਟੇਕਿਆ ਕਰਦੇ ਸੀ, ਆਪ ਗੁਰੂ ਸੀ, ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦੇ ਸੀ ਤੇ ਬਾਬਾ ਬੁੱਢਾ ਜੀ 6ਵੇਂ ਪਾਤਸ਼ਾਹ ਨੂੰ ਮੱਥਾ ਟੇਕਦੇ ਸੀ। ਉਹ ਕੈਸਾ ਸੀਨ ਹੁੰਦਾ ਹੋਵੇਗਾ ਜਦੋਂ ਗੁਰੂ ਮਹਾਰਾਜ ਸਿੱਖ ਨੂੰ ਮੱਥਾ ਟੇਕਦੇ ਹੋਣ ਤੇ ਸਿੱਖ ਮਹਾਰਾਜ ਨੂੰ ਮੱਥਾ ਟੇਕਦਾ ਹੋਵੇ।
ਜਦੋਂ ਬਾਬਾ ਸ੍ਰੀ ਚੰਦ ਜੀ ਮਹਾਂਪੁਰਸ਼ ਮਿਲਦੇ ਸੀ ਉਹਨਾਂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨਮਸਕਾਰ ਕਰਦੇ ਸੀ ਵੀ ਤੁਸੀਂ ਵੱਡੇ ਸਤਿਗੁਰਾਂ ਦੇ ਧੰਨ ਗੁਰੂ ਨਾਨਕ ਸਾਹਿਬ ਦੇ ਪੁੱਤਰ ਹੋ ਤਾਂ ਗੁਰਸਿੱਖਾਂ ਦਾ ਸਨਮਾਨ ਕਰਨਾ ਅਦਬ ਕਰਨਾ ਫਿਰ ਨਿੱਤ ਬਣੋ ਸਹਾਈ ਸਿੱਖਾਂ ਦਾ ਉਹਨਾਂ ਦੀ ਸਹਾਇਤਾ ਵੀ ਕਰਨੀ ਜੇ ਬਾਬੇ ਅਲਮਸਤ ਨੂੰ ਦਿੱਕਤ ਆਈ ਯੂਪੀ ਦੇ ਵਿੱਚ ਨਾਨਕ ਮਤਾ ਹੈ ਯੂਪੀ ਵਿੱਚ ਬਾਬਾ ਅਲਮਸਤ ਜੀ ਉਦਾਸੀ ਸਾਧੂ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾ ਦੇ ਬ੍ਰਹਮ ਗਿਆਨੀ ਮਹਾਂਪੁਰਸ਼ ਉੱਥੇ ਰਹਿੰਦੇ ਸੀ ਜੋਗੀਆਂ ਨੇ ਮਾਰਿਆ ਗੁਰੂ ਨਾਨਕ ਸਾਹਿਬ ਦਾ ਪਿੱਪਲ ਸਾੜ ਦਿੱਤਾ ਅਤੇ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਬਾਬੇ ਅਲਮਸਤ ਨੇ ਅਰਦਾਸ ਕੀਤੀ ਮਹਾਰਾਜ ਛੇਵੇਂ ਪਾਤਸ਼ਾਹ ਆਓ ਅਤੇ ਆ ਕੇ ਇਸ ਜਗ੍ਹਾ ਨੂੰ ਗੁਰਦੁਆਰੇ ਨੂੰ ਕਾਇਮ ਕਰੋ ਬਾਬਾ ਸ੍ਰੀ ਚੰਦ ਬਾਬਾ ਅਲਮਸਤ ਜੀ ਦੀ ਬੇਨਤੀ ਅਰਦਾਸ ਸੁਣ ਕੇ ਮਹਾਰਾਜ ਉੱਥੇ ਪਹੁੰਚੇ ਸਿੱਧਾ ਨੂੰ ਸਿੱਧੇ ਰਸਤੇ ਪਾਇਆ ਗੁਰੂ ਨਾਨਕ ਸਾਹਿਬ ਦਾ ਪਿੱਪਲ ਜਿਹੜਾ ਸਾੜ ਦਿੱਤਾ ਸੀ ਦੁਬਾਰਾ ਹਰਾ ਕਰ ਦਿੱਤਾ ਆਪਣੀ ਸ਼ਕਤੀ ਨਾਲ ਅਤੇ ਗੁਰਦੁਆਰਾ ਉੱਥੇ ਨਾਨਕ ਮਤਾ ਕਾਇਮ ਕਰ ਦਿੱਤਾ ਇੱਦਾਂ ਇੱਕ ਨਹੀਂ ਬਹੁਤ ਸਾਰੇ ਜਗ੍ਹਾ 'ਤੇ ਸਿੱਖਾਂ ਦੀ ਸਹਾਇਤਾ ਕੀਤੀ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਤੁਸੀਂ ਇਹ ਕੰਮ ਕਰਨਾ ਸਿੱਖਾਂ ਦਾ ਸਨਮਾਨ ਕਰਨਾ ਸਿੱਖਾਂ ਦੀ ਸਹਾਇਤਾ ਕਰਨੀ ਹਾਂਜੀ ਸ੍ਰੀ ਨਾਨਕ ਆਦਿਕ ਗੁਰੂ ਇਹ ਰੀਤ ਚਲਾਈ ਗੁਰੂ ਨਾਨਕ ਸਾਹਿਬ ਤੋਂ ਇਹ ਰੀਤੀ ਚਲੀ ਆਈ ਹੈ ਵੀ ਸਿੱਖਾਂ ਨੂੰ ਆਪਣੇ ਤੋਂ ਵੱਡਾ ਹੀ ਸਮਝਦੇ ਰਹੇ ਸੰਗਤ ਦਾ ਨਿਰਾਦਰ ਨਹੀਂ ਕੀਤਾ ਹਾਂਜੀ ਗੁਰਬਾਣੀ ਬਹੁ ਕੰਠ ਕਰ ਉਠ ਪ੍ਰਾਤ ਉਚਾਰੋ ਤੇ ਦੂਜੀ ਗੱਲ ਹੈ ਵੀ ਬਾਣੀ ਕੰਠ ਕਰਨੀ ਹੈ ਬਹੁਤ ਬਾਣੀ ਕੰਠ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਪੜ੍ਹਨੀ ਛੇਵੇਂ ਪਾਤਸ਼ਾਹ ਮਹਾਰਾਜ ਬਾਣੀ ਉਚਾਰੀ ਨਹੀਂ ਬਹੁਤੀ ਪਰ ਬਾਣੀ ਕੰਠ ਬੜੀ ਕੀਤੀ ਹੈ ਬਾਣੀ ਪੜ੍ਹਨ ਵਾਲਿਆਂ ਦਾ ਸਵਾਗਤ ਬੜਾ ਕੀਤਾ ਇੱਕ ਵਾਰੀ ਕਹਿਣ ਲੱਗੇ ਸਾਨੂੰ ਜਪਜੀ ਸਾਹਿਬ ਸ਼ੁੱਧ ਸੁਣਾਵੇ ਸਿੱਖ ਖੁਸ਼ੀਆਂ ਜੋ ਮੰਗੇਗਾ ਦਿਆਂਗੇ ਜੋ ਮੰਗੇਗਾ ਦਿਆਂਗੇ ਸੰਗਤ ਸਾਰੀ 'ਚ ਭਾਈ ਗੋਪਾਲਾ ਉੱਠਿਆ ਸੀ ਮਹਾਰਾਜ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਅਤੇ ਮਹਾਰਾਜ ਆਪਣੀ ਗੱਦੀ ਦੇਣ ਨੂੰ ਤਿਆਰ ਹੋ ਗਏ ਸੀ ਪਰ ਉਹਨੇ ਫੁਰਨਾ ਕਰ ਲਿਆ ਉਹਨੂੰ ਉਹ ਵੀ ਸਿੱਖ ਕਮਾਈ ਵਾਲਾ ਹੀ ਸੀ ਕੋਈ ਵੀ ਉਹਨੇ ਸੋਚਿਆ ਵੀ ਜੇ ਕਿਤੇ ਮੈਂ ਗੱਦੀ ਲਈ ਮੇਰੇ ਤੋਂ ਗੱਦੀ ਨਹੀਂ ਸਾਂਭੀ ਜਾਣੀ ਉਹਨੇ ਫੁਰਨਾ ਕਰ ਲਿਆ ਘੋੜੇ ਦਾ ਵੀ ਘੋੜਾ ਦੇ ਦੇਣਾ ਅਤੇ ਮਹਾਰਾਜ ਗੱਦੀ 'ਤੇ ਬਹਿ ਗਏ ਅਤੇ ਘੋੜਾ ਦੇ ਕੇ ਕਿਹਾ ਭਾਈ ਸਿੱਖਾ ਜਾ ਅੱਜ ਤਾਂ ਇਸ ਨੂੰ ਸਾਰਾ ਕੁਝ ਦੇਣਾ ਸੀ ਪਰ ਠੀਕ ਹੈ ਜਿਵੇਂ ਤੇਰੀ ਬਿਰਤੀ ਹੈ ਭਾਈ ਗੋਪਾਲਾ ਜੀ ਨੂੰ ਮਹਾਰਾਜ ਘੋੜਾ ਦਿੱਤਾ ਸੀਗਾ ਇੱਦਾਂ ਸਾਧ ਸੰਗਤ ਜੀ ਗੁਰੂ ਸਾਹਿਬ ਆਪਣੇ ਸਿੱਖਾਂ ਦਾ ਸਤਿਕਾਰ ਕਰਦੇ ਬਾਣੀ ਪੜ੍ਹਨ ਵਾਲਿਆਂ ਦਾ ਬਹੁਤ ਸਤਿਕਾਰ ਕਰਦੇ ਪੰਜਵੇਂ ਪਾਤਸ਼ਾਹ ਕਹਿੰਦੇ ਬਾਣੀ ਕੰਠ ਕਰਨੀ ਅੰਮ੍ਰਿਤ ਵੇਲੇ ਉੱਠ ਕੇ ਪੜ੍ਹਨੀ ਹਾਂਜੀ ਹੇ ਪੁੱਤਰ ਜੀ ਪ੍ਰੇਮ ਨਾਲ ਕੀਰਤਨ ਸੁਣਨਾ ਕੀਰਤਨ ਸਾਡੀ ਆਤਮਾ ਦੀ ਖੁਰਾਕ ਹੈ ਕੀਰਤਨ ਸਾਡੀ ਰੂਹ ਦੀ ਖੁਰਾਕ ਹੈ ਕੀਰਤਨ ਸਾਡੀ ਜ਼ਿੰਦਗੀ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਪਰਮੇਸ਼ਰ ਦਾ ਭਜਨ ਕੀਰਤਨ ਕਰਨਾ ਇਹ ਨਿਯਮ ਚ ਵਿਘਨ ਨਹੀਂ ਪੈਣ ਦੇਣਾ ਹਾਂਜੀ ਜਾਮ ਜਾਮਨੀ ਜਾਗਿਆ ਹੈ ਭਜਨ ਕਰ ਲੀਜਾ ਪਹਿਰ ਰਾਤ ਰਹਿੰਦੀ ਉੱਠਣਾ ਹੈ ਅੰਮ੍ਰਿਤ ਵੇਲਾ ਸੰਭਾਲਣਾ ਹੈ ਦੋ ਢਾਈ ਵਜੇ ਇਸ਼ਨਾਨ ਕਰਨਾ ਹੈ ਹਾਂਜੀ ਸਭ ਤੇ ਕਰੋ ਇਕਾਂਤ ਮਨ ਪ੍ਰਭ ਸਿਮਰਨ ਕੀਜਾ ਤੇ ਸਾਰੇ ਪਾਸਿਓ ਮਨ ਨੂੰ ਇਕਾਗਰ ਕਰਕੇ ਸਿਮਰਨ ਕਰਨਾ ਵਾਹਿਗੁਰੂ 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 ਜਪਣਾ ਵਾਹਿਗੁਰੂ ਚ ਆਪਣਾ ਧਿਆਨ ਲਾਣਾ ਹਾਂਜੀ ਆਪਣਾ ਸਰੂਪ ਕੋ ਸਤ ਚਿੱਤੀ ਆਨੰਦਾ ਜਿਹੜੀ ਆਪਣੀ ਆਤਮਾ ਹੈ ਪਰਮੇਸ਼ਰ ਹੈ ਬ੍ਰਹਮ ਹੈ ਸਤ ਚੇਤਨ ਆਨੰਦ ਸਰੂਪ ਹੈ ਇਹਦੇ ਵਿੱਚ ਸੁਰਤੀ ਜੋੜ ਕੇ ਬ੍ਰਹਮ ਦੇ ਵਿੱਚ ਇੱਕ ਮਿਕ ਹੋ ਜਾਣਾ ਹੈ ਦਿਨ ਚੜੇ ਸੰਗਤਾਂ ਨੂੰ ਦਰਸ਼ਨ ਦੇਣੇ ਨੇ ਦੀਵਾਨ ਲਾਣਾ ਹੈ ਇਹ ਪੰਜਵੇਂ ਪਾਤਸ਼ਾਹ ਸਿੱਖਿਆ ਦੇ ਰਹੇ ਨੇ ਹਾਂਜੀ ਆਪਣੀ ਗੋਦੀ ਚ ਬਿਠਾ ਕੇ ਏਦਾਂ ਦੀ ਸਿੱਖਿਆ ਛੇਵੇਂ ਪਾਤਸ਼ਾਹ ਨੂੰ ਮਹਾਰਾਜ ਦਿਆ ਕਰਦੇ ਪੰਜਵੇਂ ਪਾਤਸ਼ਾਹ ਹਾਂਜੀ ਸੁੰਦਰਤਾ ਨਿਜ ਨੰਦ ਕੀ ਕਰ ਆਨੰਦ ਨਿਹਾਰੈ ਆਪਣੇ ਸੋਹਣੇ ਪੁੱਤਰ ਦੀ ਸੁੰਦਰਤਾ ਨੂੰ ਬੜੇ ਪਿਆਰ ਨਾਲ ਵੇਖਦੇ ਸਨ ਉਹਦੇ ਗੁਣਾਂ ਨੂੰ ਪਰਖਦੇ ਸਨ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉੱਤੇ ਬੜੀਆਂ ਮਿਹਰਾਂ ਕਰ ਰਹੇ ਸਨ ਹਾਂਜੀ ਉੱਤਰ ਦੱਖਣ ਪੂਰਬ ਪੱਛਮ ਚਾਰੇ ਪਾਸੇ ਸੰਗਤਾਂ ਸ੍ਰੀ ਅੰਮ੍ਰਿਤਸਰ ਆਉਂਦੀਆਂ ਸਨ ਹਜ਼ਾਰਾਂ ਸੰਗਤਾਂ ਦੇ ਜਥੇ ਆ ਰਹੇ ਸਨ ਦਰਸ਼ਨ ਕਰਦੇ ਸਨ ਗੁਰੂ ਦੇ ਮਨੋਕਾਮਨਾ ਪੂਰੀਆਂ ਹੁੰਦੀਆਂ ਸਨ ਹਾਂਜੀ ਢਾਕਾ ਆਦਿਕ ਦੇਸ਼ ਜੇ ਦਿਸ਼ ਪੂਰਬ ਕੇਰੇ ਈਸਟ ਦੇ ਵਿੱਚ ਜਿਹੜੇ ਇਲਾਕੇ ਹਨ ਢਾਕਾ ਬੰਗਲਾਦੇਸ਼ ਆਸਾਮ ਕਾਮਰੂਪ ਦੇਸ਼ ਬੰਗਾਲ ਅਤੇ ਬਿਹਾਰ ਇਹ ਸਾਰੇ ਇਲਾਕੇ ਦੀਆਂ ਸੰਗਤਾਂ ਇਹਨੂੰ ਈਸਟ ਦੀ ਸੰਗਤ ਕਹਿੰਦੇ ਪੂਰਬ ਦੀ ਸੰਗਤ ਪਟਨਾ ਸਾਹਿਬ ਬੰਗਲਾਦੇਸ਼
ਇਹ ਸਾਰੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਅੰਮ੍ਰਿਤਸਰ ਆਉਂਦੀਆਂ ਸਨ। ਹੁਣ ਤੱਕ ਉਹਦੇ ਸਬੂਤ ਹਨ, ਲਿਖਤਾਂ ਪਈਆਂ ਸਾਡੇ ਕੋਲ ਸਾਧਸੰਗਤ ਦੀ ਪੁਰਾਤਨ, ਵੀ ਬੰਗਲਾਦੇਸ਼ ਤੋਂ ਅਤੇ ਆਸਾਮ ਤੋਂ ਅਤੇ ਬਿਹਾਰ ਤੋਂ ਸੰਗਤਾਂ ਦੇ ਜਥਿਆਂ ਦੇ ਜਥੇ ਆਉਂਦੇ ਸਨ। ਹਾਂਜੀ, ਬੰਦੇ ਆਵਹਿ ਟੋਲ ਕੋਲੇ ਭੇਡ ਕਨੇਰੇ, ਜਥਿਆਂ ਦੇ ਜਥੇ ਆਉਂਦੇ, ਸੰਗਤਾਂ ਟੋਲੇ ਬੰਨ ਕੇ ਆਉਂਦੀਆਂ, ਦਰਸ਼ਨ ਕਰਦੀਆਂ ਸਨ। ਹਾਂਜੀ, ਦਿਸ ਦੱਖਣ ਵਾਸੀ ਜੋ ਸਿੱਖ ਦਰਸ਼ਨ ਹਿਤ ਆਵੇ, ਤੇ ਦੱਖਣ ਦੇ ਵਿੱਚ ਜਿਹੜਾ ਹਿੰਦੁਸਤਾਨ ਦਾ ਦੱਖਣੀ ਪਾਸਾ ਹੈ ਉਹਦੇ ਵਿੱਚ ਨਾਦੇੜ, ਹਜ਼ੂਰ ਸਾਹਿਬ ਜਿਹੜਾ, ਇੰਦੌਰ, ਉਜੈਨ, ਬੁਰਹਾਨਪੁਰ, ਪਾਲੀਪੁਰਮ, ਰਾਮੇਸ਼ਵਰ, ਇਹ ਤਮਿਲਨਾਡੂ, ਕੇਰਲਾ ਤੱਕ ਦੇ ਲੋਕ ਗੁਰੂ ਸਾਹਿਬ ਦੇ ਸਿੱਖ ਸਨ, ਉਹ ਆਉਂਦੇ ਸੀ ਦਰਸ਼ਨ ਕਰਨ ਲਈ। ਮਤ ਪ੍ਰਾਪਤ ਹੋਤ ਹੈ ਉਪਹਾਰ ਚੜਾਵੇ, ਆ ਕੇ ਸਿੱਖੀ ਪ੍ਰਾਪਤ ਕਰਦੇ ਸਨ, ਭੇਡਾਵਾਂ ਚੜਾਉਂਦੇ ਸਨ। ਆਦ ਹੈਦਰਾਬਾਦ ਚ ਪੁਰ ਗਿਨੇ ਨਾ ਜਾਈ, ਹੈਦਰਾਬਾਦ ਦੱਖਣ ਦੇ ਵਿੱਚ ਹੈ, ਹਜ਼ੂਰ ਸਾਹਿਬ ਤੋਂ 300 ਮੀਲ ਅੱਗੇ ਹੈ, ਬੜਾ ਵੱਡਾ ਸ਼ਹਿਰ ਹੈ ਹਿੰਦੁਸਤਾਨ ਦਾ, ਉੱਥੋਂ ਵੀ ਸਿੱਖ ਚੱਲ ਕੇ ਆਉਂਦੇ ਸਨ। ਸੁਣ ਸੁਣ ਉੱਜਲ ਸੁਜਸ ਕੋ ਦੁਰ ਸਤ ਸਮਦਾਈ, ਆ ਕੇ ਮਹਾਰਾਜ ਦਾ ਜਸ ਸੁਣਦੇ, ਕੀਰਤਨ ਸੁਣਦੇ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ। ਅੱਜ ਜਾਣਾ ਬੜਾ ਸੌਖਾ, ਹਵਾਈ ਜਹਾਜ਼ 'ਤੇ 2 ਘੰਟੇ ਲੱਗਦੇ, ਉੱਥੋਂ ਹਜ਼ੂਰ ਸਾਹਿਬ ਤੋਂ ਆਉਣਾ ਹੋਵੇ ਅਤੇ ਟ੍ਰੇਨ 'ਤੇ ਵੀ 2 ਦਿਨ ਲੱਗ ਜਾਂਦੇ ਵੱਧ ਤੋਂ ਵੱਧ। ਇਹ ਉਸ ਜ਼ਮਾਨੇ ਦੀ ਗੱਲ ਆ ਜਦੋਂ ਪੈਦਲ ਤੁਰਨਾ ਪੈਂਦਾ ਸੀ, 2-2, 3-3 ਮਹੀਨੇ ਜਾਂਦਿਆਂ ਲੱਗਦੇ, 2-2, 3-3 ਮਹੀਨੇ ਆਉਂਦਿਆਂ ਲੱਗਦੇ। ਉਜੈਨ ਵਿੱਚੋਂ, ਬੁਰਹਾਨਪੁਰ ਤੋਂ ਭਾਈ ਗੁਰਦਾਸ ਜੀ ਨੇ ਲਿਖਿਆ, ਮੇਲ ਵੱਡਾ ਬੁਰਹਾਨਪੁਰ, ਭਾਈ ਗੁਰਦਾਸ ਦੀ 11ਵੀਂ ਵਾਰ 'ਚ ਪੜ੍ਹ ਲਓ, ਬੁਰਹਾਨਪੁਰ 'ਚ ਬੜੀ ਵੱਡੀ ਸੰਗਤ ਦਾ ਜਥਾ ਸੀਗਾ। ਅਤੇ ਇਹ ਗੱਲ ਗੁਰੂ ਅਰਜਨ ਦੇਵ ਜੀ ਦੇ ਸਮੇਂ, ਯਾਨੀ ਅੱਜ ਤੋਂ 400 ਸਾਲ ਪਹਿਲਾਂ ਦੀ ਹੈ। ਅੱਜ ਤੁਸੀਂ ਬੁਰਹਾਨਪੁਰ ਪੈਦਲ ਜਾਣਾ ਹੋਵੇ, ਸ੍ਰੀ ਅੰਮ੍ਰਿਤਸਰ ਤੋਂ 1.5 ਮਹੀਨਾ ਲੱਗ ਜਾਂਦਾ ਪੈਦਲ ਤੁਰਿਆ। ਉਹ ਕਿਵੇਂ ਤੁਰਦੇ ਸੀ, ਕਿਵੇਂ ਆਉਂਦੇ ਸੀ? ਗਵਾਲੀਅਰ ਦੀ ਸੰਗਤ, ਉਹਦਾ ਵੀ ਜ਼ਿਕਰ ਭਾਈ ਗੁਰਦਾਸ ਨੇ ਕੀਤਾ। ਉਜੈਨ ਦੀ ਸੰਗਤ, ਬੁਰਹਾਨਪੁਰ ਦੀ ਸੰਗਤ, ਹੈਦਰਾਬਾਦ ਦੀ ਸੰਗਤ, ਦੱਖਣ 'ਚੋਂ ਚੱਲ ਕੇ ਸਿੱਖ ਆਉਂਦੇ ਆ। ਹਾਂਜੀ, ਪੱਛਮ ਕੇ ਦੇਸ਼ ਜੇ ਬੜ ਨਗਰ ਸਥਾਨਾ, ਫਿਰ ਪੱਛਮ ਦੇ ਵਿੱਚ, ਵੈਸਟ ਦੇ ਵਿੱਚ ਜਿਹੜੇ ਬਹੁਤ ਸਾਰੇ ਨਗਰ ਹਨ, ਬੜੇ ਬੜੇ ਵੱਡੇ ਸ਼ਹਿਰ ਹਨ, ਉੱਥੋਂ ਮੁਲਤਾਨ, ਪਿਸ਼ਾਵਰ, ਜਲਾਲਾਬਾਦ, ਗਜ਼ਨੀ, ਕਾਬਲ, ਕੰਧਾਰ, ਬਲਖ, ਬੁਖਾਰਾ, ਈਰਾਨ ਦੇ ਸ਼ਹਿਰ, ਇਰਾਕ ਦੇ ਸ਼ਹਿਰ, ਬਗਦਾਦ, ਉੱਥੋਂ ਪੱਛਮ ਵਿੱਚੋਂ ਜਥਿਆਂ ਦੇ ਜਥੇ ਆਉਂਦੇ ਸਨ। ਸ਼ਰਧਾ ਨਾਲ ਆਉਂਦੇ, ਗੁਰੂ ਦੇ ਦਰਸ਼ਨ ਕਰਦੇ, ਦੁੱਖ ਦੂਰ ਹੁੰਦੇ ਸਨ। ਹਾਂਜੀ, ਬਲਖ, ਬੁਖਾਰਾ, ਸਿੰਧਪੁਰ, ਕਾਬਲ, ਕੰਧਾਰਾ, ਬਲਖ, ਬੁਖਾਰਾ, ਕਾਬਲ, ਕੰਧਾਰ, ਸਿੰਧ ਦੇ ਇਲਾਕੇ ਦੇ ਸ਼ਹਿਰ, ਸਾਰਿਆਂ ਦੇਸ਼ਾਂ ਤੋਂ, ਬਲੋਚਿਸਤਾਨ ਤੋਂ, ਸਿੰਧ ਤੋਂ, ਅਫਗਾਨਿਸਤਾਨ ਤੋਂ, ਇਰਾਨ, ਇਰਾਕ ਤੋਂ, ਸਾਊਦੀ ਅਰਬ ਤੱਕ, ਸਿੱਖ ਗੁਰੂ ਨਾਨਕ ਜਿੱਥੇ ਗਏ ਨੇ ਉੱਥੇ ਸਿੱਖੀ ਦਾ ਬੂਟਾ ਲਾਇਆ, ਉੱਥੋਂ ਸੰਗਤਾਂ ਆਉਂਦੀਆਂ ਦਰਸ਼ਨ ਕਰਨ ਲਈ। ਬਹੁਤ ਸਾਰੇ ਮੁਸਲਮਾਨ ਵੀ ਗੁਰੂ ਦੇ ਸਿੱਖ ਬਣ ਚੁੱਕੇ ਸਨ। ਹਾਂਜੀ, ਨਾਨਾ ਪ੍ਰਕਾਰ ਦੀਆਂ ਭੇਟਾਵਾਂ, ਤੋਹਫੇ ਲੈ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ 'ਚ ਹਾਜ਼ਰ ਹੁੰਦੇ ਸਨ, ਦਰਸ਼ਨ ਕਰਦੇ ਸਨ। ਇਸੇ ਤਰ੍ਹਾਂ ਨੌਰਥ ਜਿਹੜਾ ਉੱਤਰ ਦਾ ਪਾਸਾ ਹੈ, ਉਧਰੋਂ ਪਹਾੜਾਂ ਚੋਂ, ਕਸ਼ਮੀਰ ਤੋਂ ਲੋਕ ਦਰਸ਼ਨਾਂ ਲਈ ਆਉਂਦੇ ਸਨ। ਬੜੀਆਂ ਵਧੀਆ ਕਸ਼ਮੀਰੀ ਭੇਟਾਵਾਂ ਲੈ ਕੇ ਮਹਾਰਾਜ ਦੇ ਦਰਸ਼ਨ ਕਰਦੇ ਸਨ। ਸੰਮਤ ਮਹਿ ਮੇਲੇ ਉਬੈ ਅੰਮ੍ਰਿਤਸਰ ਲਾਗੈ, ਸਾਲ 'ਚ 2 ਵੱਡੇ ਮੇਲੇ ਅੰਮ੍ਰਿਤਸਰ ਲੱਗਿਆ ਕਰਦੇ ਸਨ। ਮਨ ਭਾਵਤ ਸਿੱਖ ਆਵਤੇ ਮੱਜਤ ਨੂੰ ਰਾਗੈ, ਖੁਸ਼ੀਆਂ ਵਿੱਚ ਸੰਗਤਾਂ ਆਉਂਦੀਆਂ ਸਨ, ਦਰਸ਼ਨ ਕਰਦੀਆਂ ਸਨ। ਸ੍ਰੀ ਮੁਖ ਤੇ ਮਹਿਮਾ ਮਹਾ ਵਿੱਚ ਸ਼ਬਦ ਬਣਾਈ, ਮਹਾਰਾਜ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਉਸ ਵੇਲੇ ਸ੍ਰੀ ਅੰਮ੍ਰਿਤਸਰ ਦੀ ਮਹਿਮਾ ਆਪਣੀ ਬਾਣੀ 'ਚ ਦੱਸਿਆ ਕਰਦੇ ਸਨ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਇਹਨਾਂ ਦੇ ਸ਼ਬਦ ਮਹਾਰਾਜ ਸੰਗਤਾਂ ਨੂੰ ਸੁਣਾਉਂਦੇ, ਜਿਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਕੇ ਸਰੋਵਰ ਦੀ, ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਕਿੱਡੀ ਵੱਡੀ ਮਹਿਮਾ ਹੈ। ਹਾਂਜੀ, ਪਾਠ ਸੁਣ ਕੇ ਸ਼ਰਧਾ ਧਰਤ ਪਹੁੰਚੇ ਦਰਸਾਈ, ਗੁਰੂ ਕੇ ਸਿੱਖ ਬਾਣੀ ਪੜ੍ਹ ਕੇ ਸ਼ਰਧਾਵਾਨ ਹੁੰਦੇ ਸਨ। ਸਾਧ ਸੰਗਤ ਜੀ, ਫਲ ਸ਼ਰਧਾ ਨੂੰ ਵੀ ਲੱਗਣੇ ਨੇ, ਜਿਹਦੇ ਕੋਲ ਸ਼ਰਧਾ ਉਹਨੂੰ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਿਲ ਜਾਣੀਆਂ। ਜਿਹੜਾ ਮੇਰੇ ਵਰਗਾ ਨਾਸਤਕ ਹੈ ਉਹਦੀ ਝੋਲੀ 'ਚ ਨਾਸਤਕ ਤੋਂ ਇਲਾਵਾ ਕੱਖ ਨਹੀਂ ਪੈਣਾ।
ਸ਼ਰਧਾ ਵਾਲੇ ਬਾਣੀ ਪੜ੍ਹ ਕੇ ਗੁਰੂ ਸਾਹਿਬ ਤੇ ਭਰੋਸਾ ਕਰਕੇ ਆਉਂਦੇ ਸਨ। ਹਾਂਜੀ, ਸਕਲ ਦਿਸਨ ਮਹਿ ਸੁਜਸ ਬਹੁ ਪਰ ਸਿਉ ਸ਼ੁਭ ਐਸੇ। ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਦਾ, ਸ੍ਰੀ ਅੰਮ੍ਰਿਤਸਰ ਦਾ ਤੇ ਗੁਰੂ ਅਰਜਨ ਦੇਵ ਜੀ ਦਾ ਜਸ ਸਾਰੇ ਪਾਸੇ ਪਸਰ ਗਿਆ। ਹਾਂਜੀ, ਭਾਰਤ ਨਾਰਦ ਸਾਰਦਾ ਰੰਗ ਉੱਜਲ ਜੈਸੇ। ਆ ਜਿਵੇਂ ਸਾਧ ਸੰਗਤ ਜੀ ਪਾਰਾ ਚਿੱਟਾ ਹੁੰਦਾ, ਉੱਜਲ ਹੁੰਦਾ, ਸੂਰਜ ਦੀ ਰੋਸ਼ਨੀ ਘਰ ਘਰ ਪਹੁੰਚ ਜਾਂਦੀ ਹੈ, ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦੀ ਸੋਭਾ ਘਰ ਘਰ ਹੋ ਰਹੀ ਹੈ। ਘਰ ਘਰ ਫੁੱਲੀ ਮਾਲਤੀ ਜਨ ਸੁਮਨਸ ਜਾਤੀ। ਜਿਵੇਂ ਮਾਲਤੀ ਦੇ ਫੁੱਲ ਦੀ ਸੁਗੰਧੀ ਘਰ ਘਰ ਪਸਰ ਜਾਵੇ, ਇਉਂ ਗੁਰੂ ਸਾਹਿਬ ਦੀ ਕੀਰਤੀ ਦਾ ਜਸ, ਗੁਰੂ ਦੀ ਮਹਿਮਾ ਦੇ ਫੁੱਲ, ਗੁਰੂ ਦੀ ਵਡਿਆਈ ਦੇ ਫੁੱਲ ਬਗੀਚੇ ਥਾਂ ਥਾਂ ਤੇ ਖਿੜ ਗਏ ਸਨ। ਹਾਂਜੀ, ਸੁਦਾ ਕੇ ਚੰਦਰਕ ਚੰਦਰਿਕਾ ਜਨ ਹੰਸਨ ਪਾਤੀ। ਆਹਾ, ਕਹਿੰਦੇ ਮਾਨੋ ਅੰਮ੍ਰਿਤ ਪਸਰ ਗਿਆ, ਮਾਨੋ ਚੰਦਰਮਾ ਦੀ ਚਾਂਦਨੀ ਪਸਰ ਗਈ। ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦ ਦੀ ਚਾਨਣੀ ਘਰ ਘਰ ਪਹੁੰਚ ਜਾਂਦੀ ਹੈ ਨਾ, ਏਦਾਂ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਦੀ ਸੋਭਾ ਘਰ ਘਰ ਪਸਰ ਗਈ ਸੀ, ਦੁਨੀਆਂ ਵਿੱਚ ਪਸਰ ਗਈ ਸੀ। ਹਾਂਜੀ, ਉਪਕਾਰੀ ਤੁਜ ਧਰਮ ਕੀ ਸ੍ਰੀ ਅਰਜਨ ਹੋਵਾ। ਗੁਰੂ ਅਰਜਨ ਦੇਵ ਜੀ ਪਰਉਪਕਾਰੀ ਸਨ, ਦੁਨੀਆਂ ਦਾ ਭਲਾ ਕਰ ਰਹੇ ਸਨ, ਸਭ ਦੁਨੀਆਂ ਇਸ ਗੱਲ ਨੂੰ ਜਾਣਦੀ ਸੀ। ਹਾਂਜੀ, ਧਾਰਨ ਗੁਰਤਾ ਭਾਰ ਕੋ ਦ੍ਰਿੜ ਥੰਬ ਥੰਬ ਖਰੋਵਾ। ਇਹ ਗੁਰਤਾ ਦੇ ਭਾਰ ਨੂੰ ਚੁੱਕਣ ਵਾਲੇ ਦ੍ਰਿੜ ਥੰਬ ਖੜੇ ਸਨ, ਪੂਰੀ ਦੁਨੀਆਂ ਦਾ ਕੇਂਦਰ ਬਿੰਦੂ ਸਨ ਗੁਰੂ ਅਰਜਨ ਦੇਵ ਜੀ, ਸਭ ਸੰਸਾਰ ਉਹਨਾਂ ਵੱਲ ਦੇਖ ਰਿਹਾ ਸੀ। ਉਹ ਸਾਨੂੰ ਸ਼ਾਂਤੀ ਦੇ ਸਕਦੇ ਨੇ, ਕਲਿਆਣ ਦੇ ਸਕਦੇ ਨੇ, ਮਨੁੱਖਤਾ ਨੂੰ ਕੁਝ ਦੇ ਸਕਦੇ ਨੇ। ਸਾਧ ਸੰਗਤ ਜੀ, ਜਦੋਂ ਜਦੋਂ ਧਰਤੀ 'ਤੇ ਗਿਲਾਨੀ ਹੁੰਦੀ ਹੈ, ਪਾਪ ਵੱਧਦੇ ਨੇ, ਦੁਨੀਆਂ 'ਤੇ ਵਿਆਕੁਲਤਾ ਵੱਧਦੀ ਹੈ, ਦੁਨੀਆਂ ਭੰਬਲ ਭੁੱਸੇ 'ਚ ਪੈ ਜਾਂਦੀ ਹੈ, ਉਦੋਂ ਫਿਰ ਮਹਾਂਪੁਰਸ਼ਾਂ ਵੱਲ ਦੇਖਦੀ ਹੈ, ਅਤੇ ਮਹਾਂਪੁਰਸ਼ ਉਸ ਭੰਬਲ ਭੁੱਸੇ 'ਚੋਂ, ਉਸ ਘੁੰਮਣ ਘੇਰੀ 'ਚੋਂ ਸਮਾਜ ਨੂੰ ਕੱਢਦੇ ਨੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਕਾਰਜ ਕਰ ਰਹੇ ਸਨ। ਉਸ ਵੇਲੇ ਦੁਨੀਆਂ ਸਭ ਉਹਨਾਂ ਦੇ ਅੱਗੇ ਝੁੱਕ ਰਹੀ ਸੀ, ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਚੰਦੂ ਵਰਗੇ, ਜਹਾਂਗੀਰ ਵਰਗੇ ਅਤੇ ਹੋਰ ਸੇਖ ਅਹਿਮਦ ਸਰੰਦੀ ਵਰਗੇ ਦੁਸ਼ਟ ਗੋਂਦਾਂ ਵੀ ਗੁੰਦ ਰਹੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਅੱਗੇ ਹੁਣ ਸ਼ੁਰੂ ਹੋਣੇ ਹੈ, ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋ